ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਕੇਂਦਰ ਵੱਲੋਂ ਯੋਜਨਾ ਕਮਿਸ਼ਨ ਦਾ ਤੋੜ ਲੱਭਣ ਲਈ ਸਰਗਰਮੀਆਂ ਤੇਜ਼ ਹੋ ਗਈਆਂ ਨੇ। ਪੰਡਿਤ ਜਵਾਹਰ ਲਾਲ ਨਹਿਰੂ ਨੇ 65 ਸਾਲ ਪਹਿਲਾਂ ਜਿਸ ਸੰਸਥਾ ਨੂੰ ਕਾਇਮ ਕੀਤਾ ਸੀ, ਹੁਣ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਆਏ ਨੇ ਤਾਂ ਉਦੋਂ ਤੋਂ ਲੈ ਕੇ ਸੰਸਥਾ ਚਰਚਾ ਦੇ ਅੰਦਰ ਹੈ। ਕਿਸੇ ਜ਼ਮਾਨੇ 'ਚ ਸੋਵੀਅਤ ਤਰਜ਼ 'ਤੇ ਕਾਇਮ ਕੀਤੀ ਸੰਸਥਾ ਬਾਰੇ ਹੁਣ ਕਿਹਾ ਜਾ ਰਿਹਾ ਕਿ ਆਪਣਾ ਸਮਾਂ ਵਿਹਾ ਚੁੱਕੀ ਹੈ। ਪਿਛਲੇ ਦਿਨਾਂ ਅੰਦਰ ਦਿੱਲੀ ਦੇ ਅੰਦਰ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਤਾਂ ਭਾਜਪਾ ਤੇ ਜਿਹੜੀਆਂ ਉਸਦੀ ਹਮਾਇਤੀ ਧਿਰ ਹੈ ਉਹਨਾਂ ਨੇ ਇਸ ਗੱਲ ਦੀ ਹਮਾਇਤ ਕੀਤੀ ਕਿ ਯੋਜਨਾ ਕਮਿਸ਼ਨ ਦਾ ਮੌਜੂਦਾ ਜਿਹੜਾ ਸਿਸਟਮ ਹੈ ਬਦਲ ਦੇਣਾ ਚਾਹੀਦਾ ਤੇ ਇਹਦੀ ਥਾਂ ਤੇ ਨਵੇਂ ਤਰਜ਼ ਦਾ ਢਾਂਚਾ ਕਾਇਮ ਕਰਨਾ ਚਾਹੀਦਾ। ਜਦੋਂ ਕਿ ਕਾਂਗਰਸ ਦੇ ਉਸਦੇ ਹਮਾਇਤੀਆਂ ਦਾ ਕਹਿਣਾ ਸੀ ਕਿ ਯੋਜਨਾ ਕਮਿਸ਼ਨ ਕਾਇਮ ਰਹਿਣਾ ਚਾਹੀਦਾ, ਪੰਜਾਬ ਜਿਸ ਦੀ ਹਮੇਸ਼ਾ ਮੰਗ ਰਹੀ ਹੈ ਕਿ ਸੰਘੀ ਢਾਂਚਾ ਜਿਹੜਾ ਉਸਨੂੰ ਮਜ਼ਬੂਤ ਕੀਤਾ ਜਾਵੇ ਔਰ ਘੱਟੋ ਘੱਟ 50% ਘਰਾਂ ਤੇ ਦੂਜੇ ਬਣਦੇ ਵਿੱਤੀ ਵਸੀਲਿਆਂ ਚੋਂ ਰਾਜਾਂ ਦਾ ਹਿੱਸਾ ਬਣਨਾ ਚਾਹੀਦਾ। ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜਿਹੜੇ ਵਿਸ਼ੇਸ਼ ਮਹਿਮਾਨ ਹਾਜ਼ਰ ਨੇ, ਡਾਕਟਰ ਗਿਆਨ ਸਿੰਘ ਅਰਥ ਵਿਗਿਆਨੀ ਜਿਹੜੇ ਪੰਜਾਬੀ ਯੂਨੀਵਰਸਿਟੀ ਤੋਂ ਨੇ, ਦੂਜੇ ਸਾਡੇ ਨਾਲ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ। ਅਸੀਂ ਦੋਨਾਂ ਮਹਿਮਾਨਾਂ ਨੂੰ ਜੀ ਹਾਂ ਆਖਦੇ ਹਾਂ। ਡਾਕਟਰ ਗਿਆਨ ਸਿੰਘ ਜੇ ਆਪਾਂ ਮੂਲ ਰੂਪ ਦੇ ਵਿੱਚ ਗੱਲ ਕਰੀਏ ਤਾਂ ਜਦੋਂ ਯੋਜਨਾ ਕਮਿਸ਼ਨ ਕਾਇਮ ਕੀਤਾ ਗਿਆ ਸੀ ਤਾਂ ਇਹਦਾ ਮੂਲ ਮੰਤਵ ਕੀ ਸੀ? 1947 'ਚ ਆਜ਼ਾਦੀ ਤੋਂ ਬਾਅਦ ਜੀ ਪੰਡਿਤ ਜਵਾਹਰ ਲਾਲ ਨਹਿਰੂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਰਸ਼ੀਅਨ ਮਾਡਲ ਦੀ ਸਕਸੈਸ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਸੀ ਜੀ ਅਤੇ ਦੇਸ਼ ਦੇ ਲੋਕਾਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਆਜ਼ਾਦੀ ਲਈ ਅਤੇ ਸਾਡੇ ਉਸ ਮੌਕੇ ਦੇ ਪ੍ਰਧਾਨ ਮੰਤਰੀ ਆਮ ਲੋਕਾਂ ਤੱਕ ਜਿਹੜਾ ਹੈਗਾ ਰਿਲੀਫ ਦੇਣ ਲਈ ਆਰਥਿਕ ਵਿਕਾਸ ਕਰਨਾ ਚਾਹੁੰਦੇ ਸੀ ਜੀ ਅਤੇ ਦੇਸ਼ ਦੇ ਆਰਥਿਕ ਵਿਕਾਸ ਲਈ ਉਹਨਾਂ ਨੇ ਪਲੈਨਿੰਗ ਕਮਿਸ਼ਨ ਦਾ ਸੋਚਿਆ ਅਤੇ 1950 ਦੇ ਵਿੱਚ ਪਲੈਨਿੰਗ ਕਮਿਸ਼ਨ ਇਸਟੈਬਲਿਸ਼ ਕੀਤਾ ਜੀ। ਉਸ ਮੰਤਵ ਨੂੰ ਮੁੱਖ ਰੱਖ ਕੇ ਜਿਹੜਾ ਉਦੋਂ ਤੋਂ ਲੈ ਕੇ ਲਗਾਤਾਰ ਇਹਦੇ 'ਤੇ ਵੱਖ ਵੱਖ ਰਾਜਾਂ ਅਤੇ ਹੋਰ ਤਾਲਮੇਲ ਦੇ ਰਹੀ ਦੇਸ਼ ਦੇ ਵਿਕਾਸ ਦਾ ਜਿਹੜਾ ਮਾਡਲ ਹੈ ਇਸ 'ਤੇ ਆਧਾਰਿਤ ਰਿਹਾ। ਲੰਬੇ ਟਾਈਮ ਲਈ ਦੇਸ਼ ਦਾ ਜਿਹੜਾ ਆਰਥਿਕ ਵਿਕਾਸ ਹੀ ਨਹੀਂ ਜੀ, ਉਹ ਆਰਥਿਕ ਵਿਕਾਸ ਦੇ ਜਿਹੜੇ ਫਾਇਦੇ ਨੇ ਉਹਨਾਂ ਨੂੰ ਵੀ ਆਮ ਲੋਕਾਂ ਤੱਕ ਲਿਜਾਣ ਦਾ ਜਿਹੜਾ ਹੈਗਾ ਸੀ ਇਸ ਯੋਜਨਾ ਕਮਿਸ਼ਨ ਇਹਦੀ ਇਹਦਾ ਜਿਹੜਾ ਬਹੁਤ ਵੱਡਾ ਯੋਗਦਾਨ ਹੈ। ਡਾਕਟਰ ਸਾਹਿਬ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇਸਦਾ ਇੰਨਾ ਵੱਡਾ ਯੋਗਦਾਨ ਆ, ਹੁਣ ਜਦੋਂ ਕਿ ਕੇਂਦਰ 'ਚ ਬੀਜੇਪੀ ਦੀ ਸਰਕਾਰ ਆਈ ਹੈ, ਨਰਿੰਦਰ ਮੋਦੀ ਨੇ ਆਉਂਦਿਆਂ ਹੀ ਜਿਹੜਾ ਲਾਲ ਕਿਲੇ ਤੋਂ ਪਹਿਲਾ ਭਾਸ਼ਣ ਦਿੱਤਾ ਉਹਦੇ ਜਿਹੜੀਆਂ ਗਿਣੀਆਂ ਚੁਣੀਆਂ ਗੱਲਾਂ ਕੀਤੀਆਂ ਉਹਨਾਂ 'ਚ ਇੱਕ ਤਾਂ ਇਹ ਸੀ ਕਿ ਯੋਜਨਾ ਕਿਸਮ ਦਾ ਜਿਹੜਾ ਮੌਜੂਦਾ ਸਰੂਪ ਹੈ ਉਹ ਬਦਲਿਆ ਜਾਵੇ, ਇਸੇ ਤਰ੍ਹਾਂ FCI ਦਾ ਜਿਹੜਾ ਮੌਜੂਦਾ ਢਾਂਚਾ ਉਹ ਖਤਮ ਕੀਤਾ ਜਾਵੇ। ਚਲੋ FCI ਅੱਜ ਆਪਣੇ ਮੁੱਦੇ 'ਤੇ ਨਹੀਂ ਹੈ, ਯੋਜਨਾ ਕਮਿਸ਼ਨ ਦੀ ਗੱਲ ਕਰਦੇ ਹਾਂ। ਕਹਿੰਦੇ ਵੀ ਹੁਣ ਸਮਾਂ ਵਿਹਾ ਚੁੱਕਾ, ਇਹਦੀ ਥਾਂ ਸਾਨੂੰ ਨਵੀਂ ਤਰ ਤੇ ਨਵਾਂ ਸਿਸਟਮ ਲਿਆਉਣ ਦੀ ਲੋੜ ਹੈ, ਇਹਦੇ ਬਾਰੇ ਤੁਹਾਡੀ ਕੀ ਰਾਏ? ਜੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਦਾ ਲਘੁੱਤਮ ਕੱਢਿਆ ਜਾਵੇ ਜੀ ਤਾਂ ਉਹਦੇ ਵਿੱਚੋਂ ਗੱਲ ਜਿਹੜੀ ਘੱਟੋ ਘੱਟ ਆਉਂਦੀ ਹੈ ਸਾਹਮਣੇ ਉਹਦਾ ਇਹ ਹੈ ਕਿ ਯੋਜਨਾ ਕਮਿਸ਼ਨ ਨੂੰ ਖਤਮ ਕੀਤਾ ਜਾਵੇ ਜੀ ਜੀ। ਜਿਹੜਾ ਬਦਲ ਲੱਭਣ ਦੀ ਗੱਲ ਹੈ ਉਹ ਬਦਲ ਕੋਈ ਇਸ ਤਰ੍ਹਾਂ ਸਾਰਥਿਕ ਦਿਖ ਨਹੀਂ ਰਿਹਾ ਹੈਗਾ। ਜਦੋਂ ਪਹਿਲੀ ਜਦੋਂ ਯੋਜਨਾ ਕਮਿਸ਼ਨ ਦੀ ਸਥਾਪਤੀ ਹੋਈ 1950 'ਚ, ਜਿਹੜੀ ਪਹਿਲੀ 5 ਸਾਲਾ ਯੋਜਨਾ ਹੈ ਉੱਥੇ ਸਭ ਤੋਂ ਵੱਡਾ ਯੋਗਦਾਨ ਇਹ ਸੀ ਕਿ ਜਦੋਂ 15 ਅਗਸਤ 1947 ਵਾਲੇ ਅਖਬਾਰ ਜੇ ਤੁਸੀਂ ਦੇਖੋ ਜੀ ਜੀ ਉਹ ਸਭ ਤੋਂ ਵੱਡੀ ਗੱਲ ਵੱਡੀ ਖਬਰ ਸੁਭਾਵਕ ਹੈ ਕਿ ਆਜ਼ਾਦੀ ਦੀ ਹੋਣੀ ਚਾਹੀਦੀ ਸੀ, ਬਿਲਕੁਲ ਹੈਗੀ ਸੀ। ਪਰ ਦੂਜੀ ਵੱਡੀ ਖਬਰ ਸੀ ਭੁੱਖਮਰੀ ਦੀ ਜੀ, ਜਿਹੜੀ ਦੂਜੇ ਸੰਸਾਰ ਜੰਗ ਤੋਂ ਲਗਾਤਾਰ ਚੱਲਦੀ ਆ ਰਹੀ ਸੀ। ਜਦੋਂ ਯੋਜਨਾ ਕਮਿਸ਼ਨ ਦੀ ਸਥਾਪਤੀ ਹੋਈ ਤੇ ਪਹਿਲੀ 5 ਸਾਲਾ ਯੋਜਨਾ 'ਚ ਮੁੱਖ ਤਰਜੀਹ ਖੇਤੀਬਾੜੀ ਦੇ ਵਿਕਾਸ ਨੂੰ ਦਿੱਤੀ ਜੀ ਜੀ ਅਤੇ ਉਹਦੇ ਸਾਰਥਕ ਡਾਕਟਰ ਸੁਭਾਵਿਕ ਵੀ ਸੀ ਕਿਉਂਕਿ ਸਾਡਾ ਦੇਸ਼ ਹੀ ਖੇਤੀਬਾੜੀ 'ਤੇ ਨਿਰਭਰ ਸੀ ਤਾਂ ਉਦੋਂ ਸਾਰਾ ਫੋਕਸ ਖੇਤੀ ਵੱਲ ਹੀ ਹੋਣਾ ਸੀ। ਖੇਤੀਬਾੜੀ ਦੇ ਪਦਾਰਥਾਂ ਦੀ ਜਿਣਸਾਂ ਦੀ ਥੋੜ੍ਹ ਸੀ ਸਾਡੇ ਕੋਲ ਭੁੱਖ ਮਰੀ ਜੀ ਜੀ ਬਹੁਤ ਵੱਡੀ, ਪਰ ਜਦੋਂ ਤਰਜੀਹ ਦਿੱਤੀ ਗਈ ਤਾਂ ਉਹਦੇ 'ਤੇ ਕਾਫੀ ਹੱਦ ਤੱਕ ਕਾਬੂ ਪਾਇਆ ਗਿਆ ਜੀ। ਅਤੇ ਉਸ ਤੋਂ ਬਾਅਦ ਦੂਜੀ 5 ਸਾਲਾ ਯੋਜਨਾ ਜਿਹੜੀ ਉਹ 'ਚ ਦੇਸ਼ ਦੇ ਓਵਰਆਲ ਵਿਕਾਸ ਲਈ ਇਹ ਇੰਡਸਟਰੀ ਨੂੰ ਤਰਜੀਹ ਦਿੱਤੀ ਗਈ ਜੀ ਜੀ। ਇਸ ਤਰ੍ਹਾਂ ਹੀ ਇਹ ਜਿਹੜਾ ਹੈਗਾ ਵੱਖ ਵੱਖ ਜਿਹੜੀਆਂ 5-ਈਅਰ ਪਲਾਨਸ ਨੇ ਉਹ 'ਚ ਵੱਖ ਵੱਖ ਤਰਜੀਹ ਦਿੱਤੀ ਜਾਂਦੀ ਸੀ, ਪਰ 1997 ਦੇ ਅਖੀਰ ਤੱਕ ਜੇ ਅਸੀਂ ਦੇਖੀਏ ਤਾਂ ਸਮਾਜਿਕ ਖੇਤਰ ਦਾ ਮੁੱਦਾ ਬਹੁਤ ਭਾਰੂ ਰਿਹਾ, ਅਹਿਮ ਰਿਹਾ। ਅਤੇ ਜੇ ਪਲੈਨਿੰਗ ਪੀਰੀਅਡ ਵੀ 1997 ਦੇ ਅਖੀਰ ਤੱਕ ਮੰਨਿਆ ਜਾਂਦਾ ਹੈ ਜੀ ਜੀ, ਜਿਹੜੀਆਂ ਨਿਊ ਲਿਬਰਲ ਪਾਲਿਸੀਜ਼ ਨੇ ਉਹ 1980 ਤੋਂ ਸ਼ੁਰੂ ਹੋਈਆਂ ਮੰਨੀ ਜਾਂਦੀਆਂ ਨੇ। ਜੇ ਅਸੀਂ ਪਲੈਨਿੰਗ ਪੀਰੀਅਡ ਦੇਖੀਏ 1951 ਤੋਂ ਲੈ ਕੇ 1979 ਤੱਕ ਤਾਂ ਇਹਦੇ ਵਿੱਚ ਦੇਸ਼ ਦੇ ਵਿੱਚ ਇਕਨੋਮਿਕ ਡਿਸਪੈਰਿਟੀਜ਼ ਘਟੀਆਂ ਨੇ, ਇਹ ਪਲੈਨਿੰਗ ਕਮਿਸ਼ਨ ਦੀ ਦੇਣ ਜੀ ਜੀ। ਆਪਾਂ ਡਾਕਟਰ ਸਾਹਿਬ ਇਸ ਮੁੱਦੇ 'ਤੇ ਆਉਂਦੇ ਹਾਂ ਕਿ ਜਦੋਂ 1980 ਦੀ ਤੁਸੀਂ ਗੱਲ ਕਰਦੇ ਕਿ ਲਿਬਰਲ ਪਾਲਿਸੀ ਉਸ ਤੋਂ ਬਾਅਦ ਸ਼ੁਰੂ ਹੋਈਆਂ, ਇੰਦਰਪ੍ਰੀਤ ਜੀ ਇਹਨਾਂ ਨੇ ਇੱਕ ਬੜਾ ਬੇਸਿਕ ਕੁਐਸਚਨ ਇਸ ਗੱਲ 'ਤੇ ਰੇਜ਼ ਕੀਤਾ ਕਿ ਬਈ ਜਿਹੜਾ ਕਿਹਾ ਜਾਂਦਾ ਹੈ ਕਿ ਵੀ ਇਹਦਾ ਜਿਹੜਾ ਬਦਲ ਹੈਗਾ ਉਹਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਾਰਥਕ ਨਹੀਂ ਹੈ ਕੋਈ ਬਦਲ, ਤੁਸੀਂ ਕੀ ਕਹੋਗੇ? ਨਹੀਂ, ਇਸ ਟਾਈਮ ਦੇਖੋ ਸਿੱਧੂ ਸਾਹਿਬ ਜਿਹੜਾ ਚੱਲ ਰਿਹਾ, ਡਾਕਟਰ ਸਾਹਿਬ ਖੁਦ ਹੀ ਕਹਿ ਰਹੇ ਕਿ 1947 ਤੋਂ ਚੱਲ ਰਿਹਾ ਜੀ। ਹੁਣ ਨਾ ਤਾਂ 47 ਵਾਲਾ ਸਮਾਂ ਰਿਹਾ ਨਾ ਉੱਦਾਂ ਦੀਆਂ ਸਮੱਸਿਆਵਾਂ ਰਹੀਆਂ, ਬਹੁਤ ਚੀਜ਼ਾਂ ਚੇਂਜ ਹੋ ਗਈਆਂ, ਬਹੁਤ ਪੈਟਰਨਸ ਵੀ ਚੇਂਜ ਹੋ ਗਏ ਹੈ, ਥੋੜ੍ਹਾ ਬਹੁਤ ਉਹਦੇ 'ਚ ਬਦਲਾਓ ਦੀ ਲੋੜ ਹੈਗੀ ਹੈ। ਕਿਉਂਕਿ ਜਿਹੜੇ ਵੀ ਉੱਥੇ ਚੀਫ ਮਿਨਿਸਟਰ ਆਏ ਹੈ
ਮਤਲਬ ਜਿਨ੍ਹਾਂ ਨੇ ਮਤਲਬ ਆ ਮੀਟਿੰਗ 'ਚ ਗੱਲ ਕੀਤੀ ਹੈ ਉਹ ਵੀ ਇਹ ਮਹਿਸੂਸ ਕਰਦੇ ਸੀਗੇ ਕਿ ਇਹ ਜਿਹੜਾ ਮੌਜੂਦਾ ਢਾਂਚਾ ਹੈਗਾ ਇਹ ਠੀਕ ਨਹੀਂ ਹੈ। ਇੱਕ ਸਟੇਟ ਐਡੀ ਵੱਡੀ ਹੈ, ਸਟੇਟ ਦੀਆਂ ਸਪੈਸੀਫਿਕ ਇੱਕ ਜ਼ਰੂਰਤਾਂ ਆਪਣੀਆਂ ਲੋੜਾਂ ਹੁੰਦੀਆਂ, ਪਰ ਇਹ ਉੱਥੇ ਬੈਠ ਕੇ ਸਾਰਿਆਂ ਲਈ ਇੱਕੋ ਹੀ ਉਹ ਯੋਜਨਾਵਾਂ ਲਾਗੂ ਕਰ ਦਿੰਦੇ ਆ। ਫੋਰ ਐਗਜ਼ਾਮਪਲ ਨਰੇਗਾ ਲਾ ਲਓ ਸਕੀਮ, ਉੱਥੇ ਬੈਠ ਕੇ ਬਣਾਈ ਔਰ ਸਾਰੇ ਕਿਤੇ ਇਹਨਾਂ ਨੇ ਲਾਗੂ ਕਰਤੀ, ਸਾਰਿਆਂ ਨੂੰ ਦੇਤੀ। ਸਾਡੇ ਤਾਂ ਆਲਰੇਡੀ ਰੁਜ਼ਗਾਰ ਇੱਥੇ ਹੈ ਹੀ ਹੈ ਨਾ, ਸਾਡੇ ਤਾਂ ਬਾਹਰੋਂ ਇੱਥੇ ਲੋਕ ਆ ਕੇ ਮਤਲਬ ਇੱਥੇ ਰੁਜ਼ਗਾਰ ਲੈ ਰਹੇ ਹੈ। ਸਾਨੂੰ ਉਹਦੀ ਨਹੀਂ, ਸਾਨੂੰ ਤਾਂ ਟੀਚਰਸ ਚਾਹੀਦੇ ਸੀਗੇ, ਸਾਨੂੰ ਤਾਂ ਇਹ ਮਤਲਬ ਸਾਡੇ ਜਿਹੜਾ ਐਡਾ ਵੱਡਾ ਬਾਰਡਰ ਹੈ ਸਟੇ ਉਸ ਦੇ ਉੱਤੇ ਸਾਨੂੰ ਸਾਡੀਆਂ ਉਸ ਤਰ੍ਹਾਂ ਦੀਆਂ ਲੋੜਾਂ ਨੇ। ਸਾਡੀ ਜਿਹੜੇ ਦਲਿਤ ਹੈਗੇ ਹੈ ਉਹ ਸਾਡੀ ਸਭ ਤੋਂ ਵੱਡੀ ਆਬਾਦੀ ਉਹਨਾਂ ਦੀ ਹੈ, ਸਾਨੂੰ ਉਸ 'ਤੇ ਫੋਕਸ ਕਰਨੇ। ਮਤਲਬ ਉਹ ਜਿਹੜੀਆਂ ਮੌਜੂਦਾ ਲੋੜਾਂ ਉਹਦੇ ਮੁਤਾਬਕ ਉਤਰਦਾ ਨਹੀਂ ਉਹਨਾਂ 'ਤੇ, ਨਹੀਂ ਇਹ ਚੀਜ਼ ਹੀ ਚਾਹੀਦੀ ਹੈ। ਇੱਦਾਂ ਹੈ ਕਿ ਹਰ ਸਟੇਟ ਦਾ ਇੱਕ ਆਪਣਾ ਆਪਣੀ ਲੋੜ ਹੈ, ਉਹਦੇ ਅਨੁਸਾਰ ਉਹ ਹੋਣੀ ਚਾਹੀਦੀ ਹੈ। ਹੁਣ ਜਿਹੜੇ ਇਸ 'ਚ ਬਣਾਈ ਹੈ ਨਵੀਂ ਜਿਹੜੀ ਸਿਸਟਮ ਹੈ ਉਹਦੇ ਵਿੱਚ ਚੀਫ ਮਿਨਿਸਟਰਸ ਵੀ ਲਿੱਤੇ ਜਾ ਰਹੇ ਹੈ, ਉਹਨਾਂ ਦੀ ਵੀ ਰਾਏ ਹੋਏਗੀ ਵੀ ਕੀ ਹੋਣਾ ਚਾਹੀਦਾ ਜਾਂ ਕੀ ਨਹੀਂ ਹੋਣਾ ਚਾਹੀਦਾ, ਜੋ ਕਿ ਪਹਿਲਾਂ ਵਾਲੇ 'ਚ ਨਹੀਂ ਹੈਗਾ, ਮੈਨੂੰ ਲੱਗਦਾ ਕਿ ਇਹ ਨਹੀਂ ਹੈ ਉਹ 'ਚ। ਜੀ ਡਾਕਟਰ ਸਾਹਿਬ, ਜਿਹੜੀ ਇਹਨਾਂ ਦਾ ਕਹਿਣਾ ਕਿ ਵੀ ਜਿਹੜਾ ਮੌਜੂਦਾ ਸਮਾਂ ਉਹਦੇ ਮੁਤਾਬਕ ਇਹ ਉਹਨਾਂ 'ਤੇ ਖਰਾ ਨਹੀਂ ਉਤਰਦਾ, ਜਿਹੜੀਆਂ ਸਟੇਟਸ ਦੀਆਂ ਲੋੜਾਂ ਹੈ ਜਾਂ ਸਟੇਟਸ ਦੀ ਰਿਕੁਆਇਰਮੈਂਟ ਨੂੰ ਰੱਖ ਕੇ, ਜਿਵੇਂ ਇਹਨਾਂ ਨੇ ਨਰੇਗਾ ਦੀ ਗੱਲ ਕੀਤੀ ਹੈ ਜੋ ਹੋਰ ਬਹੁਤ ਸਾਰੇ ਇਸ਼ੂ ਹੈਗੇ ਆ ਜਿਹੜੇ ਇਹਦੇ ਨਾਲ ਆਪਾਂ ਜੋੜ ਕੇ ਗੱਲ ਕਰ ਸਕਦੇ ਹਾਂ, ਇਹ ਕਹਿੰਦੇ ਉਹਨੂੰ ਮੱਦੇਨਜ਼ਰ ਰੱਖਦੇ ਹਾਂ ਜੇ ਤਬਦੀਲੀ ਦੀ ਲੋੜ ਹੈ। ਮੇਰੀ ਇਹਨਾਂ ਨਾਲ ਕਾਫੀ ਹੱਦ ਤੱਕ ਸਹਿਮਤੀ ਹੈ ਜੀ। ਇਹ ਪੰਜਾਬ ਭਾਰਤ ਦਾ ਇੱਕ ਹਿੱਸਾ ਹੈ ਜੀ, ਅਸੀਂ ਕੋਈ ਦੇਸ਼ ਨਹੀਂ, ਇਹਦਾ ਇੱਕ ਸੂਬਾ ਹੈ ਜੀ ਜੀ, ਇੱਕ ਅੰਗ ਹੈ, ਅਸੀਂ ਅੰਗ ਹੈ ਜੀ। ਤੇ ਸਾਡੀਆਂ ਜਿਹੜੀਆਂ ਲੋੜਾਂ ਨੇ ਉਹ ਬਿਲਕੁਲ ਵਾਜਬ ਨੇ ਜੀ, ਸਾਡੇ ਨਾਲ ਸੈਂਟਰ ਦਾ ਧੱਕਾ ਉਹ ਬਿਲਕੁਲ ਐਪੇਰੈਂਟਲੀ ਦਿਖਦਾ ਹੈਗਾ, ਕੋਈ ਰੌਲਾ ਨਹੀਂ ਹੈਗਾ। ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਪ੍ਰਧਾਨ ਮੰਤਰੀ ਵਾਲੀ ਮੀਟਿੰਗ 'ਚ ਕਿਹਾ ਉਹ ਮੁੱਦੇ ਵਾਜਬ ਨੇ, ਸਗੋਂ ਥੋੜ੍ਹੇ ਜਿਹੇ ਘੱਟ ਕਹੇ ਨੇ। ਜਿਹੜਾ ਹੁਣ ਸੈਂਟਰ ਜਿੰਨੇ ਕਰ ਇਕੱਠੇ ਕਰਦਾ, ਇੱਕ ਮੇਜਰ ਕਰ ਨੂੰ ਛੱਡ ਕੇ, ਜਿਹੜਾ ਸਰਵਿਸ ਟੈਕਸ ਹੈ ਉਹਨੂੰ ਛੱਡ ਕੇ, ਬਾਕੀ ਜੋ 30-32% ਸਟੇਟਾਂ ਨੂੰ ਬਣਦਾ ਜੋ ਪੰਜਾਬ ਨੂੰ ਤਕਰੀਬਨ 17% ਮਿਲਦਾ ਜੀ ਜੀ, ਪੰਜਾਬ ਦੇ ਚੀਫ ਮਿਨਿਸਟਰ ਨੇ ਉਹਨੂੰ 50% ਤੱਕ ਕਿਹਾ। 50% ਕਿਉਂ, 2/3 ਕਿਉਂ ਨਾ ਹੋਵੇ, ਹੈ ਨਾ। ਜਿਹੜਾ ਇਹ ਪਲੈਨਿੰਗ ਕਮਿਸ਼ਨ 'ਚ ਹੋ ਸਕਦਾ, ਪਰ ਜਿਹੜਾ ਪਲੈਨਿੰਗ ਕਮਿਸ਼ਨ ਦਾ ਹੈਗਾ ਉਹਨੇ ਸਾਰੇ ਦੇਸ਼ ਦੀ ਜਿਹੜੀ ਮਤਲਬ ਪਲੈਨਿੰਗ ਕਰਨੀ ਹੈ, ਇੱਕ ਇਕੱਲੇ ਪੰਜਾਬ ਦੀ ਨਹੀਂ ਕਰਨੀ। ਜੇ ਇਕੱਲੇ ਇਕੱਲੇ ਸੂਬੇ ਨੂੰ ਅਸੀਂ ਪਲੈਨਿੰਗ ਦਾ ਅਧਿਕਾਰ ਦੇਵਾਂਗੇ ਤਾਂ ਇਹਦੇ ਨਾਲ ਅਸੀਂ ਆਪੋ ਧਾਵ 'ਚ ਪੈ ਜਾਵਾਂਗੇ, ਬਹੁਤ ਕੁਛ ਉਹ ਕਰ ਲਾਂਗੇ ਜਿਹੜਾ ਦੇਸ਼ ਦੇ ਹਿੱਤਾਂ ਦੇ ਖਿਲਾਫ ਹੋਊਗਾ। ਓਕੇ, ਅਤੇ ਇਸ ਤੋਂ ਬਿਨਾਂ ਜਿਹੜੀ ਵੱਡੀ ਸਮੱਸਿਆ ਹੈ, ਜਿਹੜਾ ਉਸ ਪ੍ਰਧਾਨ ਮੰਤਰੀ ਵਾਲੀ ਮੀਟਿੰਗ ਦੇ ਵਿੱਚ ਇਹ ਕਿਹਾ ਗਿਆ ਕਿ ਨਿੱਜੀ ਲੋਕਾਂ ਦੀ ਸ਼ਮੂਲੀਅਤ ਕੀਤੀ ਜਾਵੇ, ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਹਾਲਾਤ ਬਦਲ ਗਏ ਜੀ, ਜਿਹੜੀ ਨਿੱਜੀ ਸ਼ਮੂਲੀਅਤ ਹੈ ਉਹ ਦੇਸ਼ ਦੀਆਂ ਪਾਲਿਸੀਆਂ ਬਣਾਉਣ 'ਚ ਤਾਂ ਨਹੀਂ ਹੋਣੀ ਚਾਹੀਦੀ। ਨਿੱਜੀ ਲੋਕਾਂ ਦਾ ਤਾਂ ਜਿਹੜਾ ਮੁਫਾਦ ਹੁੰਦਾ ਹੈ ਉਹਦਾ ਪ੍ਰੋਫਿਟਸ ਨੂੰ ਵਧਾਉਣਾ ਹੁੰਦਾ ਹੈਗਾ ਜੀ ਜੀ। ਜੇ ਅਸੀਂ ਉਹਨਾਂ ਨੂੰ ਦੇਸ਼ ਦੀ ਪਲੈਨਿੰਗ ਦੇ ਵਿੱਚ ਲਿਆਵਾਂਗੇ ਤਾਂ ਉਹਨਾਂ ਦਾ ਮੁੱਖ ਧਰਮ ਦਾ ਆਪਦੇ ਨਫੇ ਵਧਾਉਣਾ ਹੈ, ਤਾਂ ਉਹ ਕਿੱਥੋਂ ਦੇਸ਼ ਦੀ ਪਲੈਨਿੰਗ ਕਰਨਗੇ, ਕਿੱਥੋਂ ਦੇਸ਼ ਦੀਆਂ ਨੀਤੀਆਂ ਬਣਾਉਣਗੇ, ਕਿੱਥੋਂ ਦੇਸ਼ ਦਾ ਵਿਕਾਸ ਕਰਨਗੇ ਜੀ। ਡਾਕਟਰ ਸਾਹਿਬ ਦਾ ਕਹਿਣਾ ਕਿ ਵੀ ਜੇ ਇੱਦਾਂ ਦੀ ਆਪਾਂ ਗੱਲ ਦਿੰਦੇ ਤਾਂ ਲੱਗਦਾ ਕਿ ਜਿਹੜੀਆਂ ਪ੍ਰਾਈਵੇਟੇਸ਼ਨ ਹੈ ਜਿਹਨੂੰ ਆਪਾਂ ਕਾਰਪੋਰੇਟ ਦੁਨੀਆ ਕਹਿੰਦੇ ਹਾਂ, ਵੀ ਉਹ ਸਿਰਫ ਮੁਨਾਫੇ ਵਾਲਾ ਜਿਹੜਾ ਹੈਗਾ ਸਾਡਾ ਮਾਡਲ ਬਣ ਕੇ ਰਹਿ ਜਾਏਗਾ, ਅਤੇ ਅਸੀਂ ਜਿਹੜਾ ਦੇਸ਼ ਦਾ ਇੰਟਰਸਟ ਹੈ ਉਹਨੂੰ ਕਿੱਥੇ ਵਾਚ ਕਰਾਂਗੇ। ਜਿਹੜੀ ਇੱਕ ਸਟੇਟ ਅਗਰ ਕੋਈ ਮਜ਼ਬੂਤ ਹੁੰਦੀ ਹੈ, ਜੇ ਸਾਰੀਆਂ ਸਟੇਟਾਂ ਮਜ਼ਬੂਤ ਹੁੰਦੀਆਂ ਤਾਂ ਸੈਂਟਰ ਤਾਂ ਆਪਣੇ ਆਪ ਹੀ ਮਜ਼ਬੂਤ ਹੋ ਜਾਏਗਾ ਜੀ। ਗੱਲ ਤਾਂ ਇਹ ਮੇਰਾ ਕਹਿਣ ਦਾ ਅਰਥ ਤਾਂ ਸਿਰਫ ਇੰਨਾ ਕਹਿ ਡਾਕਟਰ ਸਾਹਿਬ ਕਿ ਮੰਨ ਲਓ ਕਿ ਪੰਜਾਬ ਦੀ ਇੱਕ ਆਪਣੀ ਵੱਖਰੀ ਸਮੱਸਿਆ, ਪੰਜਾਬ ਆਪਣੀ ਤਰ੍ਹਾਂ ਪਲਾਨ ਕਰਨਾ ਚਾਹੁੰਦਾ, ਉਹ ਕੁਛ ਪੈਸਾ ਕਿਤੇ ਹੋਰ ਲਗਾਉਣਾ ਚਾਹੁੰਦਾ ਜਾਂ ਕੁਛ ਕਿਤੇ ਹੋਰ ਲਗਾਉਣਾ ਚਾਹੁੰਦਾ। ਬਿਹਾਰ ਦੀ ਹੈ ਜਿੱਥੇ ਦੀ ਤੁਸੀਂ ਕਹਿ ਰਹੇ ਹੋ ਉੱਥੇ ਭੁੱਖਮਰੀ ਹੋ ਸਕਦੀ ਹੈ, ਨੋ ਡਾਊਟ। ਉਹਨਾਂ ਦੀ ਮਤਲਬ ਪ੍ਰਾਇਓਰਿਟੀ ਉਹ ਨੇ, ਸਾਡੇ ਤਾਂ ਸਿਸਟਮ ਹੋਰ ਨੇ, ਉਹਨਾਂ ਦੇ ਹੋਰ ਨੇ, ਪਰ ਅਸੀਂ ਦੋਨੋਂ ਚੀਜ਼ਾਂ ਇੱਕ ਦੇ ਲਾਗੂ ਕਿਵੇਂ ਕਰ ਦਾਂਗੇ, ਨਹੀਂ ਲਾਗੂ ਹੋ ਸਕਦੀਆਂ। ਸੇਮ ਜਿਹੜੀ ਹੁਣ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ ਸਰਵਿਸ ਟੈਕਸ ਤੋਂ ਸਾਨੂੰ ਨਹੀਂ ਮਿਲਦਾ, ਹੁਣ ਉਹ ਤਾਂ ਸਿਸਟਮ ਬਦਲ ਰਿਹਾ, ਮੈਂ ਕਹਿ ਰਿਹਾ ਵੀ ਸਿਸਟਮ ਵੀ ਤਾਂ ਬਦਲ ਰਿਹਾ ਨਾ। ਹੁਣ GST ਜਿਵੇਂ ਨਵਾਂ ਆ ਰਿਹਾ, ਉਹਦੇ 'ਚ ਸਰਵਿਸ ਟੈਕਸ ਵੀ ਅੱਧ ਅੱਧ ਕਰਨਗੇ, ਦੋ ਇਸ ਤਰ੍ਹਾਂ ਜਿਹੜੇ ਗੁਡਸ ਦੇ ਉੱਤੇ ਜਿਹੜਾ ਟੈਕਸ ਲੱਗਦਾ ਉਹ ਵੀ ਸਟੇਟ ਔਰ ਸੈਂਟਰ ਦੇ ਵਿੱਚ ਅੱਧ ਚੋਣਾ, ਅਤੇ ਸਰਵਿਸ ਟੈਕਸ ਵੀ ਨਾਲ ਅੱਧ ਦੋ, ਤਾਂ ਸੋ ਸਿਸਟਮ ਵੀ ਤਾਂ ਨਾਲ ਨਾਲ ਚੇਂਜ ਹੋਈ ਜਾ ਰਿਹਾ ਨਾ ਜੀ। ਤਾਂ ਜੇ ਸਟੇਟਾਂ ਹੁਣ ਜ਼ਿਆਦਾ ਜਿਹੜਾ ਕੰਮ ਹੈ ਉਹ ਸਟੇਟਾਂ ਕੋਲ ਹੈ, ਮਤਲਬ ਚਾਹੇ ਐਜੂਕੇਸ਼ਨ ਹੈ ਉਹ ਸਟੇਟ ਕੋਲ ਹੈ, ਚਾਹੇ ਹੈਲਥ ਹੈ ਉਹ ਸਟੇਟ ਕੋਲ ਹੈ, ਇਰੀਗੇਸ਼ਨ ਹੈ ਉਹ ਸਾਡੇ ਸਟੇਟਾਂ ਕੋਲ ਨੇ, ਪਰ ਸਾਡੇ ਕੋਲ ਜਿਹੜਾ ਜਿਹੜਾ ਘਰਾਂ 'ਚ ਹਿੱਸੇਦਾਰੀ ਹੈ ਉਹ ਸਾਡੀ ਬਹੁਤ ਘੱਟ ਹੈ ਜੀ। ਇਸੇ ਕਰਕੇ ਉਹ ਕਹਿੰਦੇ ਵੀ ਇਹਨੂੰ 50% ਕਰ ਦਿਓ, ਤਾਂ ਕਿ ਅਸੀਂ ਜੇ ਸਾਡੇ ਕੋਲ ਜੋ ਪੈਸਾ ਆਏ ਫਿਰ ਅਸੀਂ ਉਸ ਤਰ੍ਹਾਂ ਉਹਨੂੰ ਉਹਦੀ ਪਲਾਨ ਦੇ ਵਿੱਚ ਪਲਾਨਿੰਗ ਕਰ ਸਕੀਏ ਜੀ, ਕਿੱਦਾਂ ਇਸ ਡਿਵੈਲਪਮੈਂਟ ਦੇ ਵਿੱਚ ਉਹ ਅਸੀਂ ਜੋ ਡਿਵੈਲਪਮੈਂਟ ਅਸੀਂ ਚਾਹੁੰਦੇ ਹਾਂ ਅਸੀਂ ਉਸ 'ਤੇ ਖਰਚ ਕਰ ਸਕੀਏ ਜੀ। ਹੁਣ ਤਾਂ ਅਸੀਂ ਖਰਚ ਹੀ ਨਹੀਂ ਕਰ ਪਾ ਰਹੇ। ਮੈਂ ਤੁਹਾਡੇ ਕੋਲ ਦੁਬਾਰਾ ਆਉਣਾ, ਹੁਣ ਸਾਡੇ ਲਈ ਵਕਤ ਹੈ ਕਿ ਛੋਟੇ ਜਿਹੇ ਬ੍ਰੇਕ ਦਾ, ਅਸੀਂ ਆਪਣੇ ਮਹਿਮਾਨਾਂ ਦੇ ਨਾਲ ਇਸ ਮੁੱਦੇ 'ਤੇ ਚਰਚਾ ਜਾਰੀ ਰੱਖਾਂਗੇ, ਤੁਸੀਂ ਇੰਤਜ਼ਾਰ ਕਰੋ ਬ੍ਰੇਕ ਖਤਮ ਹੋਣ ਤੱਕ।
ਬ੍ਰੇਕ ਤੋਂ ਬਾਅਦ ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਇੰਦਰਜੀਤ ਜੀ, ਬ੍ਰੇਕ ਤੋਂ ਪਹਿਲਾਂ ਆਪਾਂ ਚਰਚਾ ਕਰ ਰਹੇ ਸੀ ਇਸ ਮੁੱਦੇ 'ਤੇ, ਤੁਸੀਂ ਕਹਿੰਦੇ ਸੀ ਕਿ ਇਸ ਦੇ ਤਾਂ ਸਗੋਂ ਹੋਰ ਕੰਪਲੀਕੇਸ਼ਨਸ ਖੜੀਆਂ ਹੋਣਗੀਆਂ ਜੇ ਅਸੀਂ ਪੁਰਾਣਾ ਸਿਸਟਮ ਕੰਟੀਨਿਊ ਕਰਦੇ ਹਾਂ। ਨਹੀਂ, ਮੇਰਾ ਤਾਂ ਇੱਕ ਇਹ ਸੀਗਾ ਕਿ ਪਿਛਲੇ ਜਿਹੜਾ ਬਣਿਆ ਹੋਇਆ ਨਾ ਐਸਟਮ ਯੋਜਨਾ ਕਮਿਸ਼ਨ ਜੋ ਬਣਿਆ ਹੋਇਆ, ਉਹ ਸਾਡਾ ਜਿਹੜਾ ਜਿੰਨੇ ਟੋਟਲ ਸਾਡੀ ਆਮਦਨ ਹੈ ਉਹਦਾ 80% ਤੱਕ ਮਤਲਬ ਤੈਅ ਉਹ ਕਰਦਾ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਜੀ, ਇਹ ਉਹ ਤੈਅ ਕਰਦਾ। ਜਦਕਿ ਫਾਈਨਾਂਸ ਕਮਿਸ਼ਨ ਕੋਲ ਸਾਰਾ 20% ਹੈ ਜੀ। ਸੰਵਿਧਾਨਿਕ ਬੋਡੀ ਉਹ ਇੰਨਾ ਕਿ ਪਲੈਨਿੰਗ ਕਮਿਸ਼ਨ ਕੋਈ ਸੰਵਿਧਾਨਿਕ ਬੋਡੀ ਨਹੀਂ ਹੈ ਜਿੱਥੇ ਤੱਕ ਮੇਰੀ ਨੌਲੇਜ ਹੈ, ਇਹ ਸੰਵਿਧਾਨਿਕ ਬੋਡੀ ਨਹੀਂ, ਸੰਵਿਧਾਨਿਕ ਬੋਡੀ ਫਾਈਨਾਂਸ ਕਮਿਸ਼ਨ ਹੈ। ਪਰ ਸਾਰਾ ਹੌਲੀ ਹੌਲੀ ਅਧਿਕਾਰ ਸਾਰੇ ਪਲੈਨਿੰਗ ਕਮਿਸ਼ਨ ਨੂੰ ਦਿੱਤੇ। ਇਹ ਟੋਟਲ ਬਿਊਰੋਕਰੈਟਸ ਦੀ ਬੋਡੀ ਹੈ, ਇਹਦੇ 'ਚ ਕੋਈ ਦੂਜੇ ਲਿੱਤੇ ਹੀ ਨਹੀਂ ਹੋਏ ਜਿਹੜੇ ਪੋਲੀਟੀਕਲ ਬੰਦੇ ਹੈਗੇ ਆ, ਜਿਹਨਾਂ ਨੂੰ ਜਿਹੜੇ ਇੱਥੇ ਬੈਠ ਕੇ ਜਿਹਨਾਂ ਨੂੰ ਪਤਾ ਕਿ ਅਸਲੀ ਸਮੱਸਿਆਵਾਂ ਹੈ ਕੀ ਨੇ, ਉਹਨਾਂ ਦੇ ਬੰਦੇ ਹੀ ਹੈ ਨੀਗੇ। ਹੁਣ ਜਿਹੜਾ ਨਵਾਂ ਸਿਸਟਮ ਹੈ ਉਹਦੇ 'ਚ ਉਹਨਾਂ ਨੇ ਕਿਹਾ ਵੀ ਅਸੀਂ ਚੀਫ ਮਿਨਿਸਟਰ ਇੱਕ ਤਿਹਾਈ ਚੀਫ ਮਿਨਿਸਟਰ ਵੀ ਰੱਖਣੇ ਨੇ, ਮਤਲਬ ਉਹ ਵੱਖ ਵੱਖ ਸਾਰੇ ਸੂਬਿਆਂ ਤੋਂ ਹੋ ਸਕਦੇ ਆ। ਕੋਈ ਇੱਕ ਨੌਰਥ ਈਸਟ ਉਹਦਾ ਲਿੱਤਾ ਜਾ ਸਕਦਾ, ਨੌਰਥ ਈਸਟ ਵਾਲਾ ਦਾ ਇੱਕ, ਨੌਰ ਸਾਊਥ ਵਾਲਿਆਂ ਦਾ ਲੈ, ਇਸ ਤਰ੍ਹਾਂ ਵੈਸਟ ਦਾ, ਈਸਟ ਦਾ, ਜੋ ਵੀ ਮਤਲਬ ਇੱਕ ਉਹ ਵੀ ਆਪਣੀ ਸਜੈਸ਼ਨਸ ਦੇ ਸਕਦੇ ਆ। ਉਹਨਾਂ ਦੇ ਨਾਲ ਬਿਊਰੋਕਰੈਟਸ ਇੱਕ ਸਹਾਇਕ ਦੇ ਤੌਰ 'ਤੇ ਲਗਾਉਣਗੇ ਕਿ ਤੁਸੀਂ ਕਿਸ ਤਰ੍ਹਾਂ ਬਣਾਉਣੀ ਹੈ ਪਲੈਨਿੰਗ ਜੀ ਜੀ। ਉਹ ਪਲੈਨਿੰਗਸ ਫਿਰ ਸਾਡੇ 'ਤੇ ਲਾਗੂ ਹੋਣੀਆਂ ਨੇ। ਪਲੈਨਿੰਗ ਦਾ ਸਿਸਟਮ ਤਾਂ ਉਸੇ ਤਰ੍ਹਾਂ ਹੀ ਰਹੇਗਾ, ਪਲੈਨਿੰਗ ਇਹ ਤਾਂ ਹੈ ਨਹੀਂ ਹੈ ਕਿ ਪਲੈਨਿੰਗ ਖਤਮ ਹੋ ਜਾਏਗੀ ਜੀ ਜੀ, ਇਹ ਨਹੀਂ ਹੈਗਾ। ਪਲੈਨਿੰਗ ਤਾਂ ਸਿਸਟਮ ਸਰ, ਜਿੱਦਾਂ ਇੰਦਰਪ੍ਰੀਤ ਹੋਣਾ ਦਾ ਕਹਿਣਾ ਵੀ ਬਦਲਵਾਂ ਰੂਪ ਆਉਂਦਾ ਕਿ ਤੁਹਾਨੂੰ ਲੱਗਦਾ ਕਿ ਇਹਦੇ 'ਚ ਪੂਰੀ ਤਰ੍ਹਾਂ ਕਾਰਪੋਰੇਟ ਦੁਨੀਆ ਡੋਮੀਨੇਟ ਕਰ ਜਾਏਗੀ, ਇਹਨਾਂ ਦਾ ਕਹਿਣਾ ਕਿ ਹੁਣ ਇਸ ਵੇਲੇ ਅਫਸਰ ਸਹੀ ਡੋਮੀਨੇਟ ਕਰ ਰਹੀ ਹੈ ਜਿਹਨਾਂ ਨੂੰ ਐਕਚੁਅਲੀ ਤੌਰ ਦੇ ਉੱਤੇ ਨੀਚੇ ਦੀ ਲੋਕਾਂ ਦੀ ਤਰਜ਼ ਦੀ ਸਮਝ ਹੀ ਨਹੀਂ ਹੈ। ਇਹ 'ਚ ਦੋ ਤਿੰਨ ਗੱਲਾਂ ਨੇ ਜੀ। ਇੱਕ ਤਾਂ ਸ਼ਾਇਦ ਇਹਨਾਂ ਨੂੰ ਉਸ ਗੱਲ ਦਾ ਪਤਾ ਨਹੀਂ ਕਿ ਇਹਦਾ ਚੇਅਰਮੈਨ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ, ਡਿਪਟੀ ਚੇਅਰਮੈਨ ਜਿਹੜਾ ਹੁੰਦਾ ਅਸੀਂ ਬਾਹਰੋਂ ਲੈਂਦੇ ਹਾਂ, ਜਿਹੜਾ ਐਕਸਪਾਇਰ ਅੱਜ ਕੱਲ੍ਹ ਡਾਕਟਰ ਮਨਟੇਕ ਸਿੰਘ ਆਲੂ ਵਾਲੀਆਂ ਨੇ, ਹੈਨਾ। ਅਤੇ ਬਾਕੀ ਜਿਹੜੀ ਗੱਲ ਹੈਗੀ ਚੀਫ ਮਿਨਿਸਟਰਾਂ ਦੀ, ਚੀਫ ਮਿਨਿਸਟਰ ਤਾਂ ਉਸ ਪਲੈਨਿੰਗ ਕਮਿਸ਼ਨ ਦੇ ਵਿੱਚ ਵੀ ਉਹਨਾਂ ਨੂੰ ਐਸੋਸੀਏਟ ਕੀਤਾ ਜਾ ਸਕਦਾ ਜੀ, ਹੈਨਾ ਜੀ। ਅਤੇ ਜਿੰਨੀ ਇਹਦੀ ਫੰਕਸ਼ਨਿੰਗ ਹੈ ਉਹਨੂੰ ਡੈਮੋਕ੍ਰੈਟਿਕ ਕੀਤਾ ਜਾ ਸਕਦਾ ਤਾਂ ਕਿ ਸਟੇਟਾਂ ਨੂੰ ਉੱਥੇ ਰੈਪ੍ਰਜੈਂਟੇਸ਼ਨ ਹੋਵੇ। ਪਰ ਜਿੰਨਾ ਰਿਸਰਚ ਸਟੱਡੀਜ਼ ਕੀਤੀਆਂ ਨੇ, ਹੋਰ ਕੰਮ ਕੀਤੇ ਨੇ, ਉਹ ਸਾਰੇ ਪਲੈਨਿੰਗ ਕਮਿਸ਼ਨ ਦੇ ਨੇ। ਅਤੇ ਆਉਣ ਵਾਲੇ ਟਾਈਮ 'ਚ ਜਿਹੜੀ ਤੁਸੀਂ ਕਾਰਪੋਰੇਟ ਵਰਲਡ ਦੀ ਗੱਲ ਕੀਤੀ ਹੈ, ਜਿਹੜੀ ਪ੍ਰਧਾਨ ਮੰਤਰੀ ਦੀ ਮੀਟਿੰਗ ਹੋਈ ਹੈ ਚੀਫ ਮਿਨਿਸਟਰ ਦੇ ਨਾਲ, ਉਹਦੇ ਵਿੱਚ ਪ੍ਰਾਈਵੇਟ ਲੋਕਾਂ ਦੀ ਗੱਲ ਕੀਤੀ ਗਈ ਹੈ ਕਿ ਉਹਨਾਂ ਤੋਂ ਫਾਇਦਾ ਲੈਣਾ। ਪ੍ਰਾਈਵੇਟ ਲੋਕ ਦੇਸ਼ ਦੀ ਪੋਲਿਸੀ ਬਣਾਉਣ ਲਈ ਫਾਇਦਾ ਕਿਉਂ ਦੇਣਗੇ? ਉਹ ਤਾਂ ਫਾਇਦਾ ਕਮਾਉਣ ਲਈ ਆਪਦਾ ਡਿਸੀਜਨ ਦੇਣਗੇ, ਦੇਸ਼ 'ਤੇ ਇੰਪੋਜ਼ ਕਰਨਗੇ। ਤੁਸੀਂ 1980 ਤੋਂ ਬਾਅਦ ਦੀਆਂ ਜਿੰਨੀਆਂ ਸਾਡੀਆਂ ਪੋਲਿਸੀਜ਼ ਨੇ ਤੁਸੀਂ ਉਹ ਦੇਖੋ, ਜੇ ਸਾਡਾ ਪੈਸਾ ਜਾ ਕਿੱਥੇ ਰਿਹਾ ਹੈਗਾ? ਜਿਹੜੀਆਂ ਲੇਟੈਸਟ ਸਟੱਡੀਜ਼, ਰਿਸਰਚ ਸਟੱਡੀਜ਼ ਆ ਰਹੀਆਂ ਨੇ, ਉਹ 'ਚ ਆ ਰਿਹਾ ਕਿ ਮਤਲਬ 1% ਉੱਪਰਲੇ ਅਤੇ ਥੱਲੇ ਵਾਲੇ 99% 'ਚ ਭਾਰਤ 'ਚ ਡਿਸਪੈਰਿਟੀਜ਼ ਵੱਧ ਰਹੀਆਂ ਨੇ। ਜੇ ਸਾਡੀਆਂ ਡਿਸਪੈਰਿਟੀਜ਼ ਵੱਧ ਰਹੀਆਂ, ਸਾਨੂੰ ਪਲੈਨਿੰਗ ਦੀ ਲੋੜ ਹੈ ਕਿ ਇਹਦੇ 'ਤੇ ਅਸੀਂ ਕਿਵੇਂ ਓਵਰਕਮ ਕਰੀਏ ਜੀ। ਇਹਦੇ ਵਿੱਚ ਜਿਹੜਾ ਇਹਨਾਂ ਦਾ ਕਹਿਣਾ ਕਿ ਵੀ ਪ੍ਰਾਈਵੇਟ ਵਾਰਡ ਜਿਹੜਾ ਹੈਗਾ, ਜੇ ਖਾਸ ਤੌਰ 'ਤੇ ਕਾਰਪੋਰੇਟ ਦੁਨੀਆ ਦਾਖਲ ਕਰਦੇ ਹਾਂ, ਹੁਣ ਤਾਂ ਬਹੁਤ ਸਾਰੇ ਸਿਸਟਮ ਹੀ ਇਹੋ ਜਿਹੇ ਡਿਵੈਲਪ ਕਰ ਰਹੇ ਆ ਜਿਹੜਾ ਕਿ ਜਿਹਦੇ 'ਚ ਪ੍ਰਾਈਵੇਟੇਸ਼ਨ ਜਿਹੜੀ ਹੈਗੀ ਹੈ ਜਾਂ ਭਾਈਵਾਲੀ ਸਿਸਟਮ ਜਿਹੜਾ ਹੈਗਾ, ਇਹ ਕਹਿੰਦੇ ਕਿ ਉਹਦੇ ਇਨਵੋਲਵ ਕਰਨ ਦੇ ਨਾਲ ਤਾਂ ਜਿਹੜਾ ਹੈਗਾ ਆਮ ਇੰਟਰਸਟ ਜਿਹੜਾ ਹੈਗਾ, ਆਮ ਆਦਮੀ ਦਾ ਇੰਟਰਸਟ ਜਾਂ ਦੇਸ਼ ਦਾ ਇੰਟਰਸਟ ਹੀ ਹੁਣ ਬਹੁਤ ਵੱਡਾ ਸੈਟਬੈਕ ਲੱਗਦਾ। ਡਾਕਟਰ ਸਾਹਿਬ ਜੀ, ਗੱਲ ਤਾਂ ਬਿਲਕੁਲ ਠੀਕ ਹੈ ਕਿ ਜਦੋਂ ਕਾਰਪੋਰੇਟ ਮਾਡਲ ਲਾਉਂਦਾ ਹੋਊਗਾ ਉਹ ਪ੍ਰਾਈਵੇਟ ਜਿਹੜੇ ਹੈਗੇ ਆ ਫਾਇਦੇ ਲਈ ਜੀ 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 ਉਹਨਾਂ, ਪਰ ਮੈਂ ਕਹਿ ਰਿਹਾ ਕਿ ਹੁਣ ਤੱਕ ਤਾਂ ਹੈ ਹੀ ਉਹ ਸੀ ਨਾ ਜੀ, ਪਲੈਨਿੰਗ ਕਮਿਸ਼ਨ ਹੀ ਹੈ ਨਾ। ਪਰ ਜੇ ਡਿਸਪੈਰਿਟੀਜ਼ ਵਧੀ ਜਾ ਰਹੀਆਂ ਨੇ, ਪਲੈਨਿੰਗ ਕਮਿਸ਼ਨ ਦੇ ਹੁੰਦੇ ਹੋਏ ਵਧੀ ਜਾ ਰਹੀਆਂ ਨੇ, ਫਿਰ ਉਹ 'ਚ ਕੁਛ ਤਾਂ ਚੇਂਜ ਕਰਨ ਦੀ ਲੋੜ ਪਏਗੀ ਨਾ, ਜੇ ਇਹਦਾ ਮਤਲਬ ਠੀਕ ਨਹੀਂ ਫੰਕਸ਼ਨ ਕਰ ਰਿਹਾ ਆਪਣਾ। ਜੋ ਮੇਰਾ ਸਿਰਫ ਜੋ ਸਵਾਲ ਹੈ ਕਿ ਜੋ ਮੌਜੂਦਾ ਮਾਡਲ ਹੈਗਾ, ਅਗਰ ਉਹਦੇ ਹੁੰਦਿਆਂ ਹੋਇਆਂ, ਜਿਹਨੂੰ ਡਾਕਟਰ ਸਾਹਿਬ ਠੀਕ ਠਹਿਰਾ ਰਹੇ ਨੇ ਕਿ ਇਹੀ ਹੋਣਾ ਚਾਹੀਦਾ ਹੈ, ਜੇ ਉਹਦੇ ਹੁੰਦਿਆਂ ਹੋਇਆਂ ਇੰਨੀ ਡਿਸਪੈਰਿਟੀਜ਼ ਵਧੀ ਜਾ ਰਹੀਆਂ ਨੇ, ਫਿਰ ਸਾਨੂੰ ਸੋਚਣਾ ਪਏਗਾ ਕਿ ਕੁਛ ਨਾ ਕੁਛ ਚੇਂਜ ਤਾਂ ਕਰਨੀ ਪਏਗਾ। ਡਾਕਟਰ ਸਾਹਿਬ ਕੁਛ ਕਹਿਣਾ ਚਾਹੁੰਦੇ? ਮੈਂ ਇਹ ਨਹੀਂ ਗੱਲ ਕਹਿੰਦਾ ਹੈਗਾ ਕਿ ਪਲੈਨਿੰਗ ਕਮਿਸ਼ਨ ਦੀਆਂ ਕੋਈ ਪ੍ਰੋਬਲਮ ਨਹੀਂ ਹੈਗੀਆਂ, ਪ੍ਰੋਬਲਮ ਬਹੁਤ ਜ਼ਿਆਦਾ ਨੇ। ਇਹਦੇ ਪਿੱਛੇ ਦੇਸ਼ ਦੇ ਜਿਹੜੇ ਰੂਲਰ ਹੈ ਉਹਦੀ ਪੋਲਿਸੀ ਐਪਰੈਂਟ ਹੈ 1992 ਤੋਂ ਲਗਾਤਾਰ ਅਸੀਂ, ਡਾਕਟਰ ਸਾਹਿਬ ਇਹਨਾਂ ਦਾ ਕਹਿਣਾ ਕਿ ਵੀ ਉਹਨੂੰ ਬਦਲੇ ਵਗੈਰੇ ਪੋਸੀਬਲ ਨਹੀਂ ਹੈ। ਮੈਂ ਦੱਸਦਾ, ਉਹਨਾਂ ਨੂੰ 1992 ਤੋਂ ਲਗਾਤਾਰ ਅਸੀਂ ਖੋਰਾ ਲਾ ਰਹੇ ਹਾਂ, ਸਾਡੇ ਕੋਲ ਚੰਗਾ ਭਲਾ ਮਕਾਨ ਬਣਿਆ ਹੋਵੇ ਅਤੇ ਉਹਨੂੰ ਢਾ ਕੇ ਦੁਬਾਰਾ ਬਣਾਈਏ, ਚੰਗੀ ਗੱਲ ਨਹੀਂ। ਜੇ ਕੋਈ ਮਾੜੀ ਮੋਟੀ ਕਰੈਕ ਆ ਗਈ ਉਹਨੂੰ ਠੀਕ ਕਰ ਲਈਏ, ਉਹਨੂੰ ਰੈਗੂਲੇਟ ਕਰ ਲਈਏ। ਨਹੀਂ, ਉਹ ਬਿਲਕੁਲ ਠੀਕ ਹੈਗੀ ਅਗਰ ਉਹਨੂੰ ਠੀਕ, ਪਰ ਜੇ ਉਹ ਕਰੈਕਸ ਇੰਨੇ ਜ਼ਿਆਦਾ ਨੇ ਜੇ ਟਾਈਪ ਇਹਨਾਂ ਨਹੀਂ ਬਣਨਾ ਤਾਂ ਫਿਰ ਤਾਂ ਇਹਨਾਂ ਦਾ ਇਸ਼ੂ, ਜਿਵੇਂ ਫੋਰ ਐਗਜ਼ਾਮਪਲ ਜਿਵੇਂ ਇਸ਼ੂ ਹਰ ਰੋਜ਼ ਉੱਠਦੇ ਹੈ, ਆਪਾਂ ਆਪਣੇ ਸਟੇਟ ਦੀ ਵੀ ਗੱਲ ਕਰਦੇ ਹਾਂ, ਜੇ ਹੈਲਥ ਦੀ ਗੱਲ ਕਰਦੇ, ਜਿੱਦਾਂ ਇਹਨਾਂ ਨੇ ਕਿਹਾ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਇਰੀਗੇਸ਼ਨ ਦੀ ਗੱਲ ਕਰਦੇ ਹਾਂ। ਫੋਰ ਐਗਜ਼ਾਮਪਲ ਆਪਾਂ ਸਟੇਟ ਦੀ ਇਰੀਗੇਸ਼ਨ ਦਾ ਸਿਸਟਮ ਹੀ ਲੈ ਲਈਏ, ਦੇਸ਼ 'ਚ ਜਿਹੜੇ ਸਭ ਤੋਂ ਵਧੀਆ ਇਰੀਗੇਸ਼ਨ ਦੇ ਸਿਸਟਮ ਹੈ ਉਹਨਾਂ 'ਚੋਂ ਪੰਜਾਬ ਦਾ ਇੱਕ ਸਿਸਟਮ ਹੈ। ਹੁਣ ਪੰਜਾਬ ਦੀਆਂ ਜਿਹੜੀਆਂ ਨਹਿਰਾਂ ਹੈਗੀਆਂ, ਜੇ ਜਦ ਤੱਕ ਉਹਨਾਂ ਨੂੰ ਸੈਂਟਰ ਵੱਲੋਂ ਪ੍ਰੋਪਰ ਫੰਡਿੰਗ ਨਹੀਂ ਹੋਏਗੀ, ਇਹ ਕੁਛ ਵੀ ਨਹੀਂ ਕਰ ਸਕਦੇ।
ਇੱਦਾਂ ਹੀ ਜਿਹੜਾ ਜੇ ਆਪਾਂ ਹੈਲਥ ਸਿਸਟਮ ਦੀ ਗੱਲ ਕਰੀਏ, ਹੁਣ ਪਿੱਛੇ ਜੇ ਬੜਾ ਵੱਡਾ ਵਾਵੇਲਾ ਉੱਠਿਆ, ਜੇ ਸਟੇਟ ਦੇ ਪੱਲੇ ਹੀ ਕੱਖ ਨਹੀਂ, ਜਿੱਦਾਂ ਆਪਣਾ ਚੀਫ ਮਿਨਿਸਟਰ ਕਹਿੰਦਾ ਵੀ ਉਹਨਾਂ ਨੂੰ ਮਿਊਨਸੀਪਲ ਕਮੇਟੀਆਂ ਬਣਾ ਕੇ ਰੱਖ ਦਿੱਤਾ, ਤਾਂ ਤੁਹਾਨੂੰ ਲੱਗਦਾ ਨਹੀਂ ਕਿ ਵੀ ਡੈਫੀਨੇਟਲੀ ਇਹਦੇ 'ਚ ਚੇਂਜ ਦੀ ਜ਼ਰੂਰਤ ਹੈ? ਸਿੱਧੂ ਸਾਹਿਬ, ਜਿਹੜੀ ਇਹ ਗੱਲ ਹੈ, ਇਹਦੇ ਵਰਗੇ ਦੋ ਰਾਇਆਂ ਹੋਏ ਨਹੀਂ ਸਾਦੀਆਂ ਜੀ, ਕਿ ਸਟੇਟਾਂ ਨੂੰ ਵੱਧ ਫੰਡ ਦਿੱਤੇ ਜਾਣ ਅਤੇ ਉਹਦੇ ਵੱਖ ਵੱਖ ਬੇਸਿਸ 'ਤੇ ਦਿੱਤੇ ਜਾਣ, ਜਿਹਦੇ ਬਾਰੇ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ। ਨਹੀਂ, ਪਰ ਇਹਦੇ 'ਚ ਫਿਰ ਕਿਤੇ ਬੇਸਿਕ ਡਿਫੈਕਟ, ਜਿਹੜਾ ਪਲੈਨਿੰਗ ਜਿਹੜੀ ਹੈਗੀ ਹੈ, ਮੈਂ ਤੁਹਾਨੂੰ ਦੱਸਿਆ, ਜਿਹੜਾ 1992 ਤੋਂ ਲਗਾਤਾਰ ਅਸੀਂ ਖੋਰਾ ਲਾ ਰਹੇ ਹਾਂ, ਜਿਹੜੇ ਹੁਣ ਦੇ ਡਿਪਟੀ ਚੇਅਰਮੈਨ ਨੇ ਮੁੰਡੇਰ ਸਿੰਘ ਆਹਲੂਵਾਲੀਆ, ਉਹ ਤੇ ਕੱਲ ਪੰਜਾਬੀ ਯੂਨੀਵਰਸਿਟੀ ਇੱਕ ਕਾਨਫਰੰਸ 'ਚ ਬੋਲ ਰਹੇ ਸੀ ਕਿ ਲੇਬਰ ਲਾਜ਼ ਰਿਫਾਰਮ ਦੀ ਲੋੜ ਹੈਗੀ। ਲੇਬਰ ਲਾਜ਼ ਰਿਫਾਰਮਸ ਕੀ ਨੇ? ਉਹ ਐਂਟੀ ਲੇਬਰ ਨੇ, ਉਹ ਰਿਫਾਰਮਸ ਥੋੜਾ ਹੈ, ਇਕਨੋਮਿਕ ਡਿਸੀਜਨਸ ਅਗੇਂਸਟ ਦਾ ਵਰਕਿੰਗ ਪੀਪਲ। ਜੀ ਜੀ, ਚਲੋ ਆਪਾਂ ਅੱਜ ਦਾ ਮੁੱਦਾ ਨਹੀਂ, ਇੰਦਰ ਵੀ ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ? ਸਰ, ਮੈਂ ਇਹੀ ਗੱਲ ਕਰ ਰਿਹਾ, ਡਾਕਟਰ ਸਾਹਿਬ ਜਿਹੜੀ ਗੱਲ ਕਰਦੇ ਆ ਕਿ ਜਿਹੜੀ ਪਲੈਨਿੰਗ ਕਮਿਸ਼ਨ, ਜੋ ਵੀ ਪੈਸਾ, ਇਹ ਗੱਲ ਨਹੀਂ ਹੈ ਕਿ ਪੈਸਾ ਪਲੈਨਿੰਗ ਕਮਿਸ਼ਨ ਕੋਈ ਘੱਟ ਦਿੰਦਾ ਸਟੇਟਾਂ ਨੂੰ, ਪੈਸਾ ਬਹੁਤ ਦਿੰਦਾ, ਪਰ ਸਾਡੇ ਉਹ ਕੰਮ ਦਾ ਨਹੀਂ ਆ ਰਿਹਾ। ਜਿਵੇਂ ਚੀਫ ਮਿਨਿਸਟਰ ਦਾ ਵੀ ਜੋ ਮੇਨ ਥ੍ਰਸਟ ਸੀ ਉਹ ਇਹ ਸੀ, ਸਾਨੂੰ ਅਨਟਾਈਡ ਫੰਡ ਦਿਓ ਤਾਂ ਕਿ ਅਸੀਂ ਆਪਣੀ ਜ਼ਰੂਰਤ ਅਨੁਸਾਰ ਖਰਚ ਕਰ ਸਕੀਏ। ਮੈਂ ਹੁਣ ਹਜੇ ਤਾਂ ਮੇਰੇ ਕੋਲ ਨਹੀਂ ਉਹ ਹੈਗਾ, ਮੈਂ ਇੱਕ RTI ਨਹੀਂ ਪਾ ਕੇ ਇਹਨਾਂ ਤੋਂ ਇਨਫੋਰਮੇਸ਼ਨ ਮੰਗੀ ਹੈ ਕਿ ਕਿੰਨਾ ਕਿੰਨਾ, ਜੋ ਮੇਰੀ ਇਨਫੋਰਮੇਸ਼ਨ ਹੁਣ ਤੱਕ ਦੀ ਹੈ ਕਿ ਅਨਟਾਈਡ ਔਰ ਟਾਈਡ ਫੰਡ ਦੋਨਾਂ 'ਚ 7,000 crore ਦੇ ਕਰੀਬ ਕਰੀਬ ਸਟੇਟ ਨੂੰ ਮਿਲਦਾ। ਪਰ ਜਿਹੜੀਆਂ ਸਕੀਮਾਂ ਮੰਨ ਲਓ ਸਾਨੂੰ ਨਹੀਂ ਜ਼ਰੂਰਤ, ਸਾਡੇ ਕੋਲ ਨਹੀਂ ਉਹ ਹੈਗੀਆਂ, ਜੋ ਸਾਡੇ ਲਾਗੂ ਨਹੀਂ ਹੁੰਦਾ, ਸਾਡਾ ਉਹ ਫੰਡ ਲੈਪਸ ਹੀ ਹੁੰਦਾ, ਸਾਨੂੰ ਅਸੀਂ ਉੱਥੇ ਖਰਚ ਨਹੀਂ ਕਰ ਪਾਉਂਦੇ, ਉਹ ਖਤਮ ਹੋ ਜਾਂਦਾ। ਉੱਥੇ ਦਿਖਾਉਣ ਨੂੰ ਤਾਂ ਇਹ ਹੈਗਾ ਨਾ ਕਿ ਅਸੀਂ ਪੰਜਾਬ ਨੂੰ 3,000 crore ਦਿੱਤਾ, ਪਰ ਜੇ ਅਸੀਂ ਉਹ ਖਰਚ ਹੀ ਨਹੀਂ ਕਰ ਪਾ ਰਹੇ ਉਸ ਚੀਜ਼ਾਂ ਦੇ ਉੱਤੇ ਤਾਂ ਉਹ ਖਤਮ ਹੋ ਗਿਆ। ਇਹਨਾਂ ਦਾ ਕਹਿਣਾ ਕਿ ਜੇ ਤੁਸੀਂ ਸਾਨੂੰ ਉਹ ਜਿਹੜਾ 7,000 crore ਦਿੰਦੇ ਹੋ, ਉਹ 7,000 crore ਅਨਟਾਈਡ ਦੇ ਦਿਓ, ਜਿੱਥੇ ਸਾਨੂੰ ਜ਼ਰੂਰਤ ਹੋਏਗੀ ਅਸੀਂ ਉੱਥੇ ਖਰਚ ਕਰ ਲਾਂਗੇ, ਜਿੱਥੇ ਨਹੀਂ ਹੋਏਗੀ ਅਸੀਂ ਨਹੀਂ ਕਰਾਂਗੇ, ਉਹ ਸਾਨੂੰ ਲੋੜ ਨਹੀਂ ਹੈ ਜੀ। ਪਰ ਮਿਲ ਰਿਹਾ ਟਾਈਡ ਫੰਡ, ਵੀ ਇਸੇ ਸਕੀਮ ਦੇ ਅੰਦਰ ਹੀ ਖਰਚ ਕਰਨਾ ਜੀ ਜੀ। ਹੁਣ ਤੁਹਾਡੀ ਕੀ ਰਾਏ ਇਸ ਇਸ਼ੂ ਤੇ? ਜਿਹੜੀ ਤਾਂ ਗੱਲ ਇਹ ਹੈਗੀ ਫੰਡਸ ਦੀ ਕੰਡੀਸ਼ਨੈਲਿਟੀ ਦੀ, ਇਹ ਤਾਂ ਸੋਲਵ ਹੋ ਸਕਦੀ ਹੈ, ਬਹੁਤ ਸੌਖੀ ਪ੍ਰੋਬਲਮ ਹੈ। ਨਹੀਂ ਡਾਕਟਰ ਸਾਹਿਬ, ਜੇ ਫੰਡ ਦੀ ਕੰਡੀਸ਼ਨ ਦੀ ਆਪਾਂ ਗੱਲ ਕਰਦੇ, ਫੋਰ ਐਗਜ਼ਾਮਪਲ ਤੁਸੀਂ ਬਹੁਤ ਸਾਰਾ ਇਸ ਇਸ਼ੂ ਦੇ ਉੱਤੇ ਲਿਖਦੇ ਵੀ ਹੋ, ਫੋਰ ਐਗਜ਼ਾਮਪਲ ਐਗਰੀਕਲਚਰ ਦੀ ਗੱਲ ਹੈ, ਇਸ ਵੇਲੇ ਜੋ ਪੰਜਾਬ ਦੀ ਖੇਤੀਬਾੜੀ ਦਾ ਸੰਕਟ ਹੈ, ਤੁਸੀਂ ਵੀ ਮੰਨਦੇ ਹੋ ਕਿ ਬਹੁਤ ਗੰਭੀਰ ਸੰਕਟ ਹੈ, ਇਹਦੇ ਲਈ ਕਿਸੇ ਹੱਦ ਤੱਕ ਕੇਂਦਰ ਦੀਆਂ ਨੀਤੀਆਂ ਜ਼ਿੰਮੇਵਾਰ ਹੈ, ਤੇ ਕੇਂਦਰ ਦੀਆਂ ਨੀਤੀਆਂ ਕਿਉਂ ਜ਼ਿੰਮੇਵਾਰ ਹੈ? ਕੋਈ ਉੱਥੇ ਸਿਸਟਮ 'ਚ ਗੜਬੜ ਹੈ? ਨਹੀਂ ਨਹੀਂ, ਜਿਹੜੀ ਗੱਲ ਤੁਸੀਂ ਇਹ ਕਹਿੰਦੇ, ਮੈਨੂੰ ਤਾਂ ਲੱਗਦਾ ਕੁਛ ਹੱਦ ਤੱਕ ਨਹੀਂ, ਜ਼ਿਆਦਾ ਜ਼ਿੰਮੇਵਾਰ ਹੈ ਕੇਂਦਰ ਦੀਆਂ ਨੀਤੀਆਂ ਜੀ ਜੀ, ਕਿਉਂਕਿ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਹੈ ਇਹ ਉਹ ਰੈਮੋਨੇਟਿਵ ਨਹੀਂ, ਉਹ ਡਿਟਰਮਨ ਕੇਂਦਰ ਸਰਕਾਰ ਕਰਦੀ ਹੈ। ਜਿਹੜੇ ਮੇਨ ਇਨਪੁਟਸ ਨੇ ਉਹਨਾਂ ਨੂੰ ਬੇਲਗਾਮ ਮੰਡੀ ਕੋਲ ਛੱਡਤਾ, ਜਿਵੇਂ ਡੀਜ਼ਲ ਹੈ, ਫਰਟੀਲਾਈਜ਼ਰ ਹੈ, ਇਹ ਉਹ ਤਾਂ ਜ਼ਿੰਮੇਵਾਰ ਨੇ। ਇਸ ਲਈ ਸਾਨੂੰ ਜਿਹੜੀ ਸਾਡੀ ਸਟੇਟ ਦੀ ਲੜਾਈ ਹੈ ਉਹ ਤਾਂ ਹੈ ਕਿ ਸਾਡੀ ਜਿਹੜੀ ਐਗਰੀਕਲਚਰ ਹੈ ਉਹਨੂੰ ਪ੍ਰੋਫਿਟੇਬਲ ਬਣਾਇਆ ਜਾਵੇ ਅਤੇ ਉਹਨੂੰ ਵਾਇਬਲ ਬਣਾਇਆ ਜਾਵੇ। 1970 ਤੋਂ ਲੈ ਕੇ 45 ਸਾਲਾਂ 'ਚ ਘਾਟਾ ਪਾ ਕੇ ਜਿਹੜਾ ਪੰਜਾਬ ਸਰਕਾਰ ਨੇ ਜਾਂ ਪੰਜਾਬ ਸੂਬੇ ਨੇ ਅਨਾਜ ਕੇਂਦਰ ਦੇ ਭੜੋਲੇ ਵਿੱਚ ਪਾਇਆ, ਉਹਦਾ ਹਿਸਾਬ ਤੋਂ ਕਰਕੇ ਅਸੀਂ ਆਰਥਿਕ ਪੈਕੇਜ ਦੀ ਮੰਗ ਕਰੀਏ। ਜੇ ਅਸੀਂ ਪਲੈਨਿੰਗ ਨੂੰ ਛੱਡਾਂਗੇ ਤਾਂ ਸਾਨੂੰ ਹਿਸਟਰੀ ਵੱਲ ਝਾਤ ਮਾਰ ਲੈਣੀ ਚਾਹੀਦੀ ਹੈ। ਜਿਹੜੀ ਗੱਲ ਮਿਨੀਮਮ ਗਵਰਨਮੈਂਟ ਦੀ ਕਰਦੇ ਨੇ, ਮਿਨੀਮਮ ਗਵਰਨਮੈਂਟ ਤਾਂ 1776 'ਚ ਐਡਮ ਸਮਿਥ ਨੇ ਦੱਸਤਾ ਸੀ, ਉਹਦਾ ਲੈਸ ਫੇਅਰ ਫਿਲੋਸਫੀ ਹੈ, ਜਿਹਦਾ ਭਾਵ ਹੈ ਨੋ ਇੰਟਰਫੇਰੈਂਸ ਇਨ ਇਕਨੋਮਿਕ ਐਕਟੀਵਿਟੀਜ਼ ਬਾਏ ਦਾ ਸਟੇਟ, ਅਤੇ ਉਹ ਤਾਂ ਜਿਹੜਾ ਹੈਗਾ ਉਹਦਾ ਭੁਗਤਿਆ ਸੀ 1930 'ਚ ਵੱਡੀ ਮੰਦੀ। ਚਲੋ ਹਾਂ, ਉਹ ਤਾਂ ਹੁਣ ਸਾਡੇ ਕੋਲ ਉਸ ਤੋਂ ਬਾਅਦ ਬਣ ਗਿਆ, ਨਹੀਂ ਉਸ ਤੋਂ ਬਾਅਦ ਹਿਸਟਰੀ ਨਹੀਂ, ਉਸ ਤੋਂ ਬਾਅਦ ਅਸੀਂ ਫਿਰ ਕੈਪੀਟਲਿਜ਼ਮ ਮਰਜ ਹੋਇਆ, ਫਿਰ ਕਾਰਪੋਰੇਟ ਵਰਲਡ ਆਇਆ, ਇਹ 2008 ਤੋਂ ਲਗਾਤਾਰ ਰਿਸੈਸ਼ਨ ਦੀ ਫਾਰਮ 'ਚ ਸਾਰੀ ਦੁਨੀਆ ਭੁਗਤ ਰਹੀ ਹੈ, ਅਸੀਂ ਵੀ ਉਹਨੂੰ ਭੁਗਤ ਰਹੇ ਹੈਗੇ। ਇਸ ਲਈ ਜੇ ਅਸੀਂ ਬੇਲਗਾਮ ਛੱਡਾਂਗੇ ਇਕਨੋਮੀ ਨੂੰ, ਜੇ ਪਲੈਨਿੰਗ ਤੋਂ ਪਰੇ ਜਾਵਾਂਗੇ ਤਾਂ ਉਹਦੇ ਨਤੀਜੇ ਮਾੜੇ ਨਿਕਲਣੇ। ਇਹ ਵੀ ਲੱਗਦਾ ਕਿ ਇਹਦੇ ਨਾਲ ਜਿਹੜੀ ਇਕਨੋਮੀ ਉਹ ਬੇਲਗਾਮ ਹੋਏਗੀ? ਨਹੀਂ, ਜਿਹੜੀ ਡਾਕਟਰ ਸਾਹਿਬ ਗੱਲ ਕਰ ਰਹੇ ਕਿ ਜੇ ਅਸੀਂ ਕਾਰਪੋਰੇਟ ਮਾਡਲ ਤੇ ਛੱਡਾਂਗੇ ਤਾਂ ਬੇਲਗਾਮ ਹੋਏਗੀ ਹੋਏਗੀ, ਕਿਉਂਕਿ ਅਲਟੀਮੇਟਲੀ ਉੱਥੇ ਵੀ ਕੰਪਨੀਆਂ, ਉਹ ਇਹ ਗੱਲ ਤਾਂ ਕਹਿੰਦੇ ਕਿ ਅਸੀਂ ਵੀ ਕੋਈ ਨਾ ਕੋਈ ਆਰਗੇਨਾਈਜੇਸ਼ਨ ਤਾਂ ਖੜੀ ਕਰਾਂਗੇ। ਦੇਖੋ, ਰੈਗੂਲੇਟ ਤਾਂ ਸਾਰੇ ਕਰਨਾ ਹੀ ਪਏਗਾ, ਕੋਈ ਵੀ ਸਿਸਟਮ ਬਣਾਓਗੇ ਉਹਨੂੰ ਰੈਗੂਲੇਟਰ ਤਾਂ ਇੱਕ ਕਰਨਾ ਹੀ ਪਏਗਾ, ਲਗਾਉਣਾ ਹੀ ਪਏਗਾ ਤੁਹਾਨੂੰ, ਉਹ ਹਰ ਜਗ੍ਹਾ 'ਤੇ ਹੈ। ਹੁਣ ਜਿਵੇਂ ਅਸੀਂ ਜਿੰਨਾ ਹੋਸਪਿਟਲ ਅਸੀਂ ਖੋਲ੍ਹੀ ਜਾ ਰਿਹਾ, ਪ੍ਰਾਈਵੇਟ, ਕੋਈ ਸਾਡੀ ਰੈਗੂਲੇਟਰੀ ਬਾਡੀ ਥੋੜ੍ਹੀ ਹੈ ਕੋਈ ਉਹਨੂੰ ਕੰਟਰੋਲ ਕਰਨ ਵਾਸਤੇ। ਇਸ ਤਰ੍ਹਾਂ ਯੂਨੀਵਰਸਿਟੀਆਂ ਅਸੀਂ ਖੋਲ੍ਹ ਕੇ ਉਹ ਕਰਤਾ ਹਨੇਰੀ ਲਿਆਈ ਪਏ ਹਾਂ। ਸਾਡੀਆਂ ਆਪਣੀਆਂ ਜਿਹੜੀਆਂ ਵਧੀਆ ਯੂਨੀਵਰਸਿਟੀਆਂ ਸੀਗੀਆਂ, ਚਾਹੇ ਪੰਜਾਬ ਯੂਨੀਵਰਸਿਟੀ ਸੀ, ਪੰਜਾਬੀ ਯੂਨੀਵਰਸਿਟੀ, ਉਹ ਤਾਂ ਫਾਈਨੈਂਸ਼ੀਅਲ ਕ੍ਰੰਚ 'ਚ ਹੈਗੀਆਂ ਨੇ, ਪਰ ਜਿਹੜੀਆਂ ਦੂਜੀਆਂ ਹੈਗੀਆਂ ਨੇ ਪ੍ਰਾਈਵੇਟ ਯੂਨੀਵਰਸਿਟੀਆਂ, ਉਹਨਾਂ ਦੀ ਫੀਸਾਂ ਦੇਖੋ, ਉਹ ਤਾਂ ਮਤਲਬ ਚੰਗਾ ਭਲਾ ਬੰਦਾ ਤਾਂ ਪੜ੍ਹਾ ਹੀ ਨਹੀਂ ਸਕਦਾ। ਤਾਂ ਮਤਲਬ ਅਸੀਂ ਤਾਂ ਸਿਰਫ ਇੱਕ ਖਾਸ ਵਰਗ ਲਈ ਖੜੀਆਂ ਕਰਤੀਆਂ, ਉਹ ਜਿਹੜਾ ਜਿਹੜਾ ਹੁੰਦਾ ਕਿ ਜਿਹੜੀ ਡਾਕਟਰ ਸਾਹਿਬ ਗੱਲ ਕਹਿੰਦੇ ਵੀ ਜਿਹੜਾ ਵਿਕਾਸ ਉਹ ਸਾਰਿਆਂ ਤੱਕ ਪਹੁੰਚੇ, ਉਹ ਤਾਂ ਨਹੀਂ ਹੋ ਰਿਹਾ। ਨਹੀਂ, ਫੋਰ ਐਗਜ਼ਾਮਪਲ ਜਿਵੇਂ ਐਗਰੀਕਲਚਰ ਦੀ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਵੀ ਜਿਹੜੀਆਂ ਸੈਂਟਰ ਦੀਆਂ ਜਿਹੜੀਆਂ ਪਾਲਿਸੀ ਜਿਹੜੀਆਂ ਹੈਗੀਆਂ ਉਹਦੇ ਕਰਕੇ ਪੰਜਾਬ ਦੇ ਸੰਕਟ ਲਈ ਸੈਂਟਰ ਜ਼ਿੰਮੇਵਾਰ ਹੈ। ਬਿਲਕੁਲ, ਸੈਂਟਰ ਜ਼ਿੰਮੇਵਾਰ ਹੈ ਉਹਦੇ ਲਈ, ਇਹ 'ਚ ਮੈਨੂੰ ਕੋਈ ਸ਼ੱਕ ਨਹੀਂ ਲੱਗਦਾ। ਡਾਕਟਰ ਸਾਹਿਬ ਦੀ ਗੱਲ ਬਿਲਕੁਲ ਠੀਕ ਹੈ, ਟੋਟਲ ਨੀਤੀਆਂ ਉਹ ਤੈਅ
ਹਰ ਚੀਜ਼ ਦੀ ਮਤਲਬ ਇਨਪੁੱਟਸ ਦੀ ਵੀ ਉਹ ਤੈਅ ਕਰਦੇ ਆਊਟਪੁੱਟ ਦੀ ਵੀ ਉਹ ਤੈਅ ਕਰਦੇ ਜੀ ਜੀ ਡਾਕਟਰ ਸਾਹਿਬ ਜੇ ਸੈਂਟਰ ਹੀ ਇਹ ਗੱਲ ਡਿਸਾਈਡ ਕਰਦਾ ਜਿੱਦਾਂ ਆਪਾਂ ਜਿਹੜਾ ਪੁਰਾਣਾ ਜਿਹੜਾ ਮਾਡਲ ਹੈਗਾ ਉਹਦੇ 'ਚ ਮਤਲਬ ਉਹਨੇ ਜਿਹੜੀਆਂ ਘੱਟੋ ਘੱਟ ਕੀਮਤ ਉਹਨਾਂ ਨੇ ਤੈਅ ਕਰਨੀਆਂ ਪਿਛਲੇ ਦਿਨਾਂ ਦੇ ਅੰਦਰ ਚਲੋ ਅੱਜ ਆਪਣਾ ਉਹ ਸਬਜੈਕਟ ਇੱਕ ਵੱਖਰਾ ਸਬਜੈਕਟ ਹੀ ਹੈ ਕਿ WTO 'ਤੇ ਸਾਈਨ ਕਰਨੇ ਆ ਤਾਂ ਉਹ ਤੁਸੀਂ ਸੰਬੰਧਿਤ ਜਿਹੜੀਆਂ ਸਟੇਟਸ ਜਿਹੜੀਆਂ ਸਾਡੀਆਂ ਐਗਰੀਕਲਚਰ ਪ੍ਰੋਡਿਊਸ ਕਰਨ ਲਈ ਸਟੇਟਸ ਉਹਨਾਂ ਨੂੰ ਪੁੱਛਿਆ ਤੱਕ ਨਾ ਜਾਵੇ ਜਿਹੜੇ ਇਹ ਸਾਰੇ ਮੁੱਦੇ ਡਿਮਾਂਡ ਨਹੀਂ ਕਰਦੇ ਇਸ ਗੱਲ ਦੇ ਕਿ ਜਿਹੜੀਆਂ ਸੈਂਟਰ ਕੋਲ ਜਿਹੜੀਆਂ ਮੋਰ ਪਾਵਰਸ ਆ ਜਿਹੜੀਆਂ ਇੰਦਰਪ੍ਰੀਤ ਹੋਣੀ ਗੱਲ ਕਰ ਰਿਹਾ ਕਿ ਅਗਰ ਡੀਸੈਂਟਰਲਾਈਜ਼ ਕੀਤਾ ਜਾਵੇ ਸਟੇਟਸ ਨੂੰ ਪਾਵਰ ਦਿੱਤੀਆਂ ਜਾਣ ਤਾਂ ਸ਼ਾਇਦ ਸਥਿਤੀ ਠੀਕ ਹੋ ਸਕਦੀ ਹੈ ਫਾਈਨੈਂਸ਼ੀਅਲ ਫੈਡਰਲਿਜ਼ਮ ਦੀ ਗੱਲ ਹੈਗੀ ਜੀ ਪਰ ਸਾਰੀ ਗੱਲ ਤਾਂ ਉੱਪਰ ਜੁੜ ਕੇ ਆਉਂਦੀ ਹੈ ਉਹ ਗੱਲ ਹੈ ਉਹ 'ਚ ਕੋਈ ਦੋ ਰਾਇ ਹੋ ਹੀ ਨਹੀਂ ਸਕਦੀਆਂ ਕਿ ਸਟੇਟਾਂ ਨੂੰ ਵੱਧ ਮਿਲਣਾ ਚਾਹੀਦਾ ਜੀ ਉਹ 'ਚ ਹੈ ਪਰ ਪਲੈਨਿੰਗ ਤੋਂ ਬਿਨਾਂ ਕਿੱਧਰ ਨੂੰ ਜਾਵਾਂਗੇ ਜਿੰਨਾ ਅਸੀਂ ਦੇਖਦੇ ਹਾਂ ਮੈਂ ਤੁਹਾਨੂੰ ਤਿੰਨ ਕੰਮ ਦੱਸ ਦਿੰਦਾ ਜੀ ਇਹ 2012 'ਚ ਇੱਕ ਬੁੱਕ ਆਈ ਸਟਿਗਲਿਟਜ਼ ਦੀ ਨੋਬਲ ਪ੍ਰਾਈਜ਼ ਵਿਨਰ ਹੈ ਉਹਨੇ US ਇਕਨੋਮੀ ਬਾਰੇ ਲਿਖਿਆ ਕਿ ਉੱਥੇ 1% ਤੇ 99% ਲੋਕਾਂ 'ਚ ਪਾੜਾ ਵੱਧ ਰਿਹਾ ਅਤੇ ਵਾਲ ਸਟਰੀਟ ਦਾ ਜਿਹੜਾ ਹੈਗਾ ਸੀ ਉਹ ਸ਼ੁਰੂ ਹੋ ਕੇ ਦੁਨੀਆ ਦੇ ਬਹੁਤੇ ਦੇਸ਼ਾਂ 'ਚ ਫੈਲਿਆ ਅਤੇ ਉਸ ਤੋਂ ਬਾਅਦ ਇਹ 2013 'ਚ ਥੋਮਸ ਪਿਕਟੀ ਨੇ ਫਰੈਂਚ ਦੇ ਵਿੱਚ ਇੱਕ ਬੁੱਕ ਲਿਖੀ ਕੈਪੀਟਲ ਇਨ ਦਾ 21st century ਅਤੇ ਉਹਦੇ ਲੇਟੈਸਟ ਇੰਗਲਿਸ਼ ਟ੍ਰਾਂਸਲੇਸ਼ਨ 2014 'ਚ ਆ ਗਿਆ ਤੀਜਾ ਜਿਹੜਾ ਕੰਮ ਹੈ 2014 'ਚ ਜਿਹੜਾ ਨੋਬਲ ਪ੍ਰਾਈਜ਼ ਮਿਲਿਆ ਅਗਨੋਚ ਜਾਂ ਤਰੋਲ ਨੂੰ ਤਿੰਨਾਂ ਦੀ ਇੱਕ ਸਾਂਝੀ ਲਗੁੱਤਮ ਇਹ ਨਿਕਲਦਾ ਕਿ ਜੇ ਅਸੀਂ ਕਾਰਪੋਰੇਟ ਮਾਡਲ ਕੋਲ ਛੱਡਾਂਗੇ ਤਾਂ ਉਹਦੇ ਨਾਲ ਓਲੀਗੋਪਲੀਜ਼ ਮਰਜ ਕਰਨਗੀਆਂ ਅਲਪ ਅਧਿਕਾਰ ਮਰਜ ਕਰਨਗੇ ਅਤੇ ਆਮ ਲੋਕ ਨਪੀੜੇ ਜਾਣਗੇ ਇਸ ਲਈ ਸਾਨੂੰ ਪਲੈਨਿੰਗ ਦੀ ਲੋੜ ਹੈ ਸਾਡਾ ਪਲੈਨਿੰਗ ਬਿਨਾਂ ਗੁਜ਼ਾਰਾ ਨਹੀਂ ਹੋਣਾ ਪਲੈਨਿੰਗ ਦੇ ਵਿੱਚ ਪਾਰਟੀਸਪੇਸ਼ਨ ਜਿਹੜੀ ਹੈਗੀ ਇਹ ਫਰੋਮ ਬੋਟਮ ਟੂ ਟੋਪ ਉਹ ਅਸੀਂ ਸਹਿਮਤ ਹੋ ਜਾਂਦੇ ਹਾਂ ਪਰ ਸੱਚਿਓ ਉਹ ਜਿਹੜੀ ਹੈਗੀ ਸਟੇਟਾਂ ਦੀ ਪਾਰਟੀਸਪੇਸ਼ਨ ਉੱਥੇ ਕਰਾ ਲਈ ਜਾਵੇ ਉਹਦੇ ਨਾਲ ਸਾਡੀਆਂ ਬਹੁਤੀਆਂ ਸਮੱਸਿਆਵਾਂ ਹੱਲ ਹੋ ਹੱਲ ਨਿਕਲਦਾ ਇਹਦੇ ਵਿੱਚ ਜਿਹੜੀ ਇਹਨਾਂ ਦਾ ਕਹਿਣਾ ਕਿ ਵੀ ਅਗਰ ਸਟੇਟਸ ਦੀ ਜਿਹੜੀ ਹੈਗੀ ਪਾਰਟੀਸਪੇਸ਼ਨ ਉਹਦੇ 'ਚ ਵੱਧਦੀ ਹੈ ਤਾਂ ਉਹਦੇ ਨਾਲ ਜਿਹੜਾ ਮੌਜੂਦਾ ਜਿਹੜਾ ਸਿਸਟਮ ਹੈ ਉਹਨੂੰ ਕਾਇਮ ਰੱਖ ਕੇ ਵੀ ਹੱਲ ਨਿਕਲ ਸਕਦਾ ਜਾਂ ਇਹਦੀ ਓਵਰਹਾਲਿੰਗ ਤਾਂ ਕਰਨੀ ਪਏਗੀ ਦੇਖੋ ਜੀ ਕਈ ਥਾਵਾਂ 'ਤੇ ਨਾ ਜੀ ਬਹੁਤ ਜ਼ਿਆਦਾ ਉਹ ਕ੍ਰੈਕਸ ਆ ਗਿਆ ਉਹ ਤਾਂ ਨੱਪਣੇ ਖਤਮ ਹੀ ਕਰਨੇ ਪੈਣੇ ਜੀ ਜੀ ਸਾਰਾ ਕੁਛ ਬਿਊਰੋਕਰੈਟ ਉੱਥੇ ਬੈਠ ਕੇ ਤੈਅ ਕਰਦੇ ਆ ਮੈਨੂੰ ਨਹੀਂ ਲੱਗਦਾ ਕਿ ਉਹ ਜਿਵੇਂ ਡਾਕਟਰ ਸਾਹਿਬ ਹੋਰੀ ਤਾਂ ਇਹ ਤਾਂ ਜ਼ਮੀਨ ਨਾਲ ਜੁੜੇ ਹੋਏ ਬੰਦੇ ਆ ਜਿਹੜੇ ਉੱਥੇ ਬੰਦੇ ਬੈਠੇ ਆ ਉਹ ਮੈਂ ਪਿਛਲੀ ਵਾਰੀ ਆਏ ਵੀ ਸੀਗੇ ਇੱਕ ਵਾਰੀ ਕੀ ਨਾਮ ਹੈ ਪਲੈਨਿੰਗ ਕਮਿਸ਼ਨ ਦੇ ਮੈਂਬਰਸ ਹੁਣ ਮੈਂ ਨਾਂ ਭੁੱਲ ਗਿਆ ਉਹਨਾਂ ਦਾ ਕੀ ਹੈਗਾ ਉਹਨਾਂ ਨੂੰ ਅਸੀਂ ਇੱਥੇ ਉਹਨਾਂ ਨੂੰ ਲੈ ਕੇ ਗਏ ਸੀ ਮਾਰਕ ਮਿਲਕ ਫੈਡ ਵਾਲੇ ਜਿਹੜੇ ਨਵੇਂ ਡੇਅਰੀ ਫਾਰਮ ਖੁੱਲ੍ਹ ਰਹੇ ਹੈ ਉਹ ਦਿਖਾਉਣ ਵਾਸਤੇ ਕਿ ਉਹ ਕਿਸ ਤਰ੍ਹਾਂ ਕੰਮ ਕਰ ਰਹੇ ਹੈ ਅਤੇ ਉਹ ਕੁਦਰਤੀ ਸਾਨੂੰ ਵੀ ਮੌਕਾ ਮਿਲਿਆ ਸੀ ਵੀ ਨਾਲ ਗਏ ਹੈਗੇ ਆ ਜੀ ਜੀ ਉਹ ਮਤਲਬ ਖੁਦ ਦੇਖ ਕੇ ਹੈਰਾਨ ਸੀ ਵੀ ਇੰਨਾ ਕੁਛ ਹੋਈ ਜਾਂਦਾ ਪਰ ਫਿਰ ਵੀ ਕਹਿੰਦੇ ਯਾਰ ਉਹ ਵਾਲੀ ਗੱਲ ਨਹੀਂ ਆ ਰਹੀ ਜਿਹੜੀ ਸਾਨੂੰ ਚਾਹੀਦੀ ਹੈ ਜੀ ਜੀ ਸੁਨੀਲ ਜੀ ਸਾਨੂੰ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ ਸੰਖੇਪ ਦੇ ਅੰਦਰ ਤੁਸੀਂ ਇਹ ਗੱਲ ਦੇ ਉੱਤੇ ਸਹਿਮਤੀ ਕਿ ਵੀ ਤੁਹਾਨੂੰ ਲੱਗਦਾ ਕਿ ਜਿਹੜਾ ਯੋਜਨਾ ਕਮਿਸ਼ਨ ਹੈ ਇਹਨੂੰ ਬਦਲੇ ਜਾਣ ਦੀ ਲੋੜ ਹੈ ਜਾਂ ਨਹੀਂ ਹੈ ਸੰਖੇਪ ਲੋੜ ਹੈਗੀ ਹੈ ਬਦਲਿਆ ਜਾਣਾ ਚਾਹੀਦਾ ਡਾਕਟਰ ਸਾਹਿਬ ਤੁਹਾਡੀ ਕੀ ਰਾਇ ਹੈ ਸਮਾਂ ਵੀ ਨਹੀਂ ਬਰੀਫ ਦੇ ਸਾਡੇ ਦਰਸ਼ਕ ਮੈਨੂੰ ਲੱਗਦਾ ਕਿ ਸਾਨੂੰ ਯੋਜਨਾ ਕਮਿਸ਼ਨ ਰੱਖਣਾ ਚਾਹੀਦਾ ਇਹ 'ਚ ਜਿੱਥੇ ਲੋੜ ਹੈ ਉੱਥੇ ਸੋਧਾਂ ਕਰ ਲਏ ਜਾਣ ਜਿੱਥੇ ਲੋੜ ਹੈ ਅਮੈਂਡਮੈਂਟਸ ਕਰ ਲਏ ਜਾਣ ਜਿੱਥੇ ਲੋੜ ਹੈ ਸਟੇਟਾਂ ਦੀ ਪਾਰਟੀਸਪੇਸ਼ਨ ਜੀ 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 ਅੱਜ ਹਿੰਦੁਸਤਾਨ 'ਚ ਬਹੁਤ ਵੱਡੇ ਪੱਧਰ 'ਤੇ ਇਸ ਗੱਲ ਦੀ ਚਰਚਾ ਜਿਹੜੀ ਛਿੜੀ ਹੋਈ ਹੈ ਕਿ ਕੀ ਮੌਜੂਦਾ ਜਿਹੜਾ ਯੋਜਨਾ ਕਿਸ਼ਮ ਹੈ ਇਹਦਾ ਕਮਿਸ਼ਨ ਦਾ ਇਹ ਸਰੂਪ ਕਾਇਮ ਰਹਿਣਾ ਚਾਹੀਦਾ ਜਾਂ ਬਦਲਿਆ ਜਾਣਾ ਚਾਹੀਦਾ BJP ਦੇ ਜਿਹੜੀਆਂ ਉਸਦੀਆਂ ਹਮਾਇਤੀ ਧਿਰਾਂ ਜਾਂ ਜਿਹੜੀ ਕਾਰਪੋਰੇਟ ਵਰਡ ਨਾਲ ਜੁੜੀ ਹੋਈ ਦੁਨੀਆ ਉਹ ਕਹਿੰਦੀ ਕਿ ਨਹੀਂ ਇਸ ਨੂੰ ਮੁਕੰਮਲ ਤੌਰ 'ਤੇ ਬਦਲੇ ਜਾਣ ਦੀ ਲੋੜ ਹੈ ਡਾਕਟਰ ਗਿਆਨ ਸਿੰਘ ਅਤੇ ਇਹਨਾਂ ਦੀ ਸੋਚ ਵਰਗੇ ਜਿਹੜੇ ਹੋਰ ਦੋਸਤ ਹੈ ਉਹਨਾਂ ਦਾ ਕਹਿਣਾ ਕਿ ਇਹਦੇ 'ਚ ਕੋਈ ਸੋਧਾਂ ਕਰਕੇ ਵੀ ਇਸ ਨੂੰ ਕਾਇਮ ਰੱਖਿਆ ਜਾ ਸਕਦਾ ਕੀ ਹੋਣਾ ਕੀ ਨਹੀਂ ਹੋਣਾ ਇਹ ਬਹੁਤ ਕੁਝ ਆਉਣ ਵਾਲੇ ਦਿਨਾਂ 'ਚ ਸਟੇਟਾਂ 'ਤੇ ਜਿਹੜੀ ਕੇਂਦਰ ਦੀਆਂ ਨੀਤੀਆਂ ਉਹਨਾਂ 'ਤੇ ਨਿਰਭਰ ਕਰੇਗਾ ਅੱਜ ਦੀ ਇਸ ਬਹਿਸ ਦੇ 'ਚ ਪਾਰਟੀਸਪੇਸ਼ਨ ਦੇ ਲਈ ਅਸੀਂ ਡਾਕਟਰ ਗਿਆਨ ਸਿੰਘ ਅਤੇ ਪੱਤਰਕਾਰ ਜਿਹੜੇ ਇੰਦਰਵੀਰ ਸਾਡੇ ਮਿੱਤਰ ਨੇ ਉਹਨਾਂ ਦੀ ਪਾਰਟੀਸਪੇਸ਼ਨ ਦੇ ਲਈ ਅਸੀਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਔਰ ਆਪਣੇ ਦਰਸ਼ਕਾਂ ਨੂੰ ਵੀ ਇਸ ਮੌਕੇ 'ਤੇ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਅਤੇ ਦੇਸ਼ ਨਾਲ ਜੁੜੇ ਹੋਏ ਹੋਰ ਅਹਿਮ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਤੁਹਾਡੇ ਅੱਗੇ ਹਾਜ਼ਰ ਰਹਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ